ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਜੀ ਮੈ ਰਮਨਦੀਪ ਜੀ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨਦੀਪ ਦੀ ਉਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਪੇ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਇਸ ਚੈਨਲ ਉਤੇ ਪੀਐਸਟੈਟ ਸੀਟੈਟ ਮਾਸਟਰ ਗ੍ਰੈਡਰ ਐਂਟੀਟੀ ਦੇ ਬਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਸੋ ਅੱਜ ਦੇ ਸੈਸ਼ਨ ਦੇ ਵਿੱਚ ਸੈਮੀ ਕਲਾਸ ਦਾ ਜੋ ਚੈਪਟਰ 15 ਨੰਬਰ ਹੈ ਦਾ ਗੁਪਤਾਜ਼ एंपਾਇਰਸ ਉਸ ਨੂੰ ਡਿਸਕਸ ਕਰਾਂਗੇ ਜੋ ਕਿ ਹਿਸਟਰੀ ਦਾ ਹੈ ਪੰਜਾਬ ਬੋਰਡ ਦੀ ਬੁੱਕ ਦੇ ਵਿੱਚੋਂ ਲਿਆ ਗਿਆ ਹੈ ਜੋ ਪੀਐਸਟੇਟ ਐਂਡ ਐਟਟੀ ਪਟਵਾਰੀ ਅਤੇ ਮਾਸਟਰ ਜੀਟ ਦੇ ਵਿੱਚ ਤੁਹਾਡੇ ਲਈ ਹੈਲਪਫ ਰੂਗਾ ਕਿਉਂਕਿ ਹਿਸਟਰੀ ਦਾ ਕਾਫੀ ਵੱਡਾ ਜਿਹੜਾ ਟੌਪਿਕ ਹੈ ਆਪਣੇ ਅਧੀਨ ਜਾਂ ਕਵਰ ਕਰਦਾ ਹੈਗਾ ਸੋ ਆਸ ਕਰਦਾ ਕਿ ਸੈਸ਼ਨ ਜਿਹੜਾ ਉਹ ਬੜਾ ਹੈਲਪਫ ਰੂਗਾ ਸਭ ਦੇ ਲਈ ਸੋ WhatsApp ਗਰੁੱਪ ਜੁਆਇਨ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਸੋ ਗਰੁੱਪ ਪੇਡ ਹੈ ਅਗਰ ਤੁਸੀਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਤਾਂ ਹੋ ਸਕਦੀ ਹੈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਜ਼ਰ ਆndੀਆ ਤਾਂ ਪਲੀਜ਼ ਉਸ ਨੂੰ ਹਾਈਲਾਈਟ ਜ਼ਰੂਰ ਕਰਵਾ ਦਿਓ ਕਰੋ ਔਰ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਦੇ ਸੈਸ਼ਨ ਦੇ ਵਿੱਚ ਅਸੀਂ ਗੁਪਤ ਸਮਰਾਜ ਦੀ ਸੋ ਗੁਪਤ ਸਮਰਾਜ ਜਿਹੜਾ ਇਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ 6ਵੇਂ ਦੇ ਲੈਵਲ ਦੇ ਅਕੋਰਡਿੰਗ ਕਰਾਂਗੇ ਹਾਲਾਂਕਿ ਲੱਗ ਤੋਂ ਇਹਨਾਂ ਦੇ ਟੌਪਿਕ ਜਿਹੜੇ ਆ ਉਹ ਵਾਈਡਲੀ ਆਪਾਂ ਡਿਸਕਸ ਕਰਾਂਗੇ ਥੀਰੀਜ਼ ਬਣਨੀ ਆਈਆਂ ਜਿਹੜੀਆਂ ਪਰ ਇਹਨਾਂ ਨੂੰ ਵੀ ਡਿਸਕਸ ਕਰਨਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਬਰੀਕੀ ਵਾਲੀਆਂ ਚੀਜ਼ਾਂ ਸ਼ਾਇਦ ਹੋ ਸਕਦਾ ਹੈ ਕਿ ਥੋੜੇ ਦੇ ਵਿੱਚ ਜਿਆਦਾ ਵਿੱਚ ਨਾ ਮਿਲਣ ਪਰ ਇਹਨਾਂ ਸਾਰਿਆਂ ਨੂੰ ਆਪਾਂ ਕਵਰ ਕਰਕੇ ਸਾਰੇ ਦੇ ਸਾਰੇ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਕਵਰ ਕਰ ਲਵਾਂਗੇ ਸੋ ਇਸ ਕਰਕੇ ਇਹਨਾਂ ਨੂੰ ਵੀ ਮੈਂ ਡਿਸਕਸ ਕਰ ਰਿਹਾ ਪੰਜਾਬ ਬੋਰਡ ਤੇ NCERT ਦੋਨੋਂ ਦੀਆਂ ਹੀ ਕਿਤਾਬਾਂ ਜਿਹੜੀਆਂ 6ਵੀਂ ਕਲਾਸ ਤੋਂ ਲੈ ਕੇ +2 ਤੱਕ ਦੀਆਂ ਹੋਣੀਆਂ ਉਹਨਾਂ ਦੇ ਚੈਪਟਰ ਵਾਈਜ਼ ਆਪਾਂ ਡਿਸਕਸ ਕਰਾਂਗੇ ਪੰਜਾਬੀ ਦੇ ਵਿੱਚ ਇਹ ਤੁਹਾਨੂੰ ਸਾਰੇ ਜਿਹੜੇ ਪੜ੍ਹਣਗੇ ਸੋ ਗੁਪਤ ਸਮਰਾਜ ਜਿਹੜਾ 300 ਤੋਂ ਲੈ ਕੇ 600 ਈਸਵੀ ਤੱਕ ਜਿਹੜਾ ਸ਼ਾਸਨ ਦੇ ਵਿੱਚ ਰਿਹਾ ਹੈ ਸੋ ਇਸ ਨੇ ਬਹੁਤ ਸਾਰੀਆਂ ਜਿਹੜੀਆਂ ਪ੍ਰਸਿੱਧੀਆਂ ਜਾਂ ਬਹੁਤ ਸਾਰਾ ਜਿਹੜਾ ਆਪਣਾ ਵਿਸਤਾਰ ਪੂਰੇ ਭਾਰਤ ਦੇ ਵਿੱਚ ਕੀਤਾ ਸੀ ਇਹਨਾਂ ਨੇ ਸੋ ਬਹੁਤ ਸਾਰੇ ਇਲਾਕੇ ਇਹਨਾਂ ਨੇ ਆਪਣੇ ਅਧੀਨ ਕਰ ਲਏ ਸਿੱਕੇ ਇਹਨਾਂ ਦੇ ਜਿਹੜੇ ਰਾਜੇ ਸੀ ਬਹੁਤ ਜ਼ਿਆਦਾ ਉਸ ਸਮੇਂ ਦੇ ਵਿੱਚ ਪ੍ਰਸਿੱਧ ਜਿਹੜੇ ਮੰਨੇ ਜਾਂਦੇ ਸੀਗੇ ਸੋ 300 ਈਸਵੀ ਪੂਰਵ ਦੇ ਵਿੱਚ ਕੋਸ਼ਾਨ ਜਿਹੜੇ ਹੁੰਦੇ ਸੀ ਉਹਨਾਂ ਦਾ ਸ਼ਾਸਨ ਭਾਰ ਦੇ ਵਿੱਚ ਉਸ ਸਮੇਂ ਬਣਿਆ ਹੋਇਆ ਸੀ ਔਰ ਤੈਨਸੇਸਰੀ ਬੁਰੂ ਦੇ ਵਿੱਚ ਜਦੋਂ ਕੁਸ਼ਾਨਾਂ ਦਾ ਜਿਹੜਾ ਅੰਤ ਹੁੰਦਾ ਹੈ ਜਾਂ ਉਹਨਾਂ ਦਾ ਪਤਨ ਹੋ ਜਾਂਦਾ ਉਸੇ ਦੇ ਨਾਲ ਹੀ ਭਾਰਤ ਜਿਹੜਾ ਉਹ ਬਹੁਤ ਸਾਰੇ ਛੋਟੇ-ਛੋਟੇ ਇਲਾਕਿਆਂ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਤਾਂ ਉਸੇ ਚੀਜ਼ ਦਾ ਹੀ ਫਾਇਦਾ ਲੈਂਦੇ ਹੋਏ ਜਿਹੜੇ ਉੱਥੋਂ ਦੇ ਰਾਜਾ ਗੁਪਤ ਸੀਗੇ ਉਸ ਨੇ ਰਾਜ ਦੇ ਪੂਰਬੀ ਉੱਤਰ ਪ੍ਰਦੇਸ਼ਾਂ ਦੇ ਵਿੱਚ ਗੁਪਤ ਤਦ ਰਾਜ ਜਿਹੜਾ ਉਹ ਸਥਾਪਿਤ ਕੀਤਾ ਜਾਨੀ ਕਿ ਆਪਣੇ ਇਲਾਕੇ ਕੋਜੇ ਜਿੱਤੇ ਜਿਹੜੇ ਕਿ ਰਾਜਦੇਵ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਗੁਪਤ ਸੀਗੇ ਗੁਪਤਾਂ ਨਾਂ ਦਾ ਇੱਕ ਜਿਹੜਾ ਰਾਜਾ ਸੀ ਉਹਨਾਂ ਨੇ ਇੱਥੇ ਆਪਣਾ ਰਾਜ ਜਿਹੜਾ ਉਹ ਸਥਾਪਿਤ ਕੀਤਾ ਜਿਸ ਦਾ ਨਾਮ ਮਹਾਰਾਜਾ ਗੁਪਤ ਸੀਗਾ ਸੋ ਇਸ ਦਾ ਪੋਤਾ ਸੀ ਚੰਦਰ ਗੁਪਤ ਪਹਿਲਾ ਜਿਸ ਨੂੰ ਸਭ ਤੋਂ ਮਹਾਨ ਸ਼ਾਸਕ ਮੰਨਿਆ ਜਾਂਦਾ ਹੈਗਾ ਇਹ ਸਮੇਂ ਦਾ ਜਿਸ ਨੇ ਚੰਦਰ ਗੁਪਤ ਜਾਂ ਸੌਰੀ ਜਿਸ ਨੇ ਗੁਪਤ ਸਮਰਾਜ ਦੀ ਜਿਹੜੀ ਸਥਾਪਨਾ ਉਹ ਕੀਤੀ ਹੈਗੀ ਆ ਸੋ ਇਹ तकरीबन 319 ਈਸਵੀ ਦੇ ਵਿੱਚ ਸਿੰਘਾਸਨ ਦੇ ਉੱਪਰ ਜਿਹੜਾ ਬੈਠਾ ਸੀਗਾ ਚੰਦਰਗੁਪਤ ਪਹਿਲਾ ਜਿਹੜਾ ਕਿ ਗੁਪਤ ਰਾਜੇ ਦਾ ਜਿਹੜਾ ਪੋਤਾ ਸੀਗਾ ਠੀਕ ਹੈ ਇਸ ਨੇ ਅੱਗੇ ਸਮਰਾਜ ਨੂੰ ਵਧਾਇਆ ਔਰ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਜਿਹੜੇ ਮਹਾਨ ਜੇਤੂ ਔਰ ਮਹਾਨ ਵਿਅਕਤੀ ਜਿਹੜੇ ਆਗੇ ਇਸ ਸਮਰਾਜ ਦੀ ਸਥਾਪਨਾ ਦੇ ਵਿੱਚ ਅੱਗੇ ਆਏ ਸੀਗੇ ਸੋ ਚੰਦਰਗੁਪਤ ਪਹਿਲਾ ਨੇ ਜਿਹੜਾ ਲਿਛਵੀ ਵੰਸ਼ ਦੀ ਰਾਜਕੁਮਾਰੀ ਕੁਮਾਰੀ ਦੇਵੀ ਸੀ ਉਸ ਦੇ ਨਾਲ ਜਿਹੜਾ ਵਿਆਹ ਕਰ ਲਿਆ ਸੀਗਾ ਜਿਸ ਦੇ ਨਾਲ ਇਸ ਦੇ ਸਮਰਾਜ ਦਾ ਜਿਹੜਾ ਕਹਿ ਸਕਦੇ ਹਾਂ ਵਾਧਾ ਹੋ ਗਿਆ ਸੀਗਾ ਅੱਗੇ ਨੂੰ ਚਲਾ ਗਿਆ ਸੀਗਾ ਕਿਉਂਕਿ ਲਿਛਵੀ ਵੰਸ਼ ਵੀ ਜਿਹੜਾ ਇਹਨਾਂ ਦੇ ਨਾਲ ਉਹ ਇਸ ਤੋਂ ਬਾਅਦ ਮਿਲ ਗਿਆ ਸੀਗਾ ਔਰ ਆਪਣੀ ਸਮਰਾਜ ਦੇ ਵਿੱਚ ਉਹਨਾਂ ਨੇ ਮਗਧ ਰਾਜ ਨੂੰ ਜਿਹੜਾ ਸ਼ਾਮਲ ਕਰ ਲਿਆ ਤਾਂ ਸੀ ਜਿਸ ਕਰਕੇ ਉਸ ਦੀਆਂ ਬਾਉਂਡਰੀਜ਼ ਜਿਹੜੀਆਂ ਹੋਰ ਵੀ ਜ਼ਿਆਦਾ ਵੱਧ ਗਈਆਂ ਜਿਗੀਆਂ ਜੋ ਕਿ ਉੱਤਰੀ ਪੂਰਬੀ ਭਾਰ ਦੇ ਵਿੱਚ ਸਥਿਤ ਸੀਗਾ ਸੋ ਮਗਧੋ ਸਮੇਂ ਦੇ ਵਿੱਚ ਇੱਕ ਪ੍ਰਸਿੱਧ ਜਿਹੜਾ ਸਮਰਾਜ ਮੰਨਿਆ ਜਾਂਦਾ ਹੁੰਦਾ ਸੀਗਾ ਸੋ ਅੱਗੇ ਸਮੁੰਦਰ ਗੁਪਤ ਜਿਹੜਾ ਇਸ ਦਾ ਪੁੱਤਰ ਸੀਗਾ ਯਾਨੀ ਕਿ ਚੰਦਰ ਗੁਪਤ ਦਾ ਜਿਹੜਾ ਪੁੱਤਰ ਸੀਗਾ ਜੋ ਕਿ ਇੱਕ ਮਹਾਨ ਜੇਤੂਆਂ ਦੇ ਵਿੱਚ ਸਦੀ ਗਿਣਤੀ ਕੀਤੀ ਜਾਂਦੀ ਹੈਗੀ ਹਨ ਸੋ ਇਸ ਨੇ ਉਸ ਸਮਰਾਜ ਨੂੰ ਫਲਾਉਣ ਦੇ ਵਿੱਚ ਕਾਫੀ ਜਿਹੜਾ ਯੋਗਦਾਨ ਪਾਇਆ ਸੀਗਾ ਸੋ ਪੂਰੇ ਸਮਰਾਜ ਜਿਹੜਾ ਇਸਦੇ ਵਿੱਚ ਦਿਖਾਇਆ ਗਿਆ ਹੈਗਾ ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਮੈਪ ਦੇ ਵਿੱਚ ਸੋ ਮਹਾਨ ਸ਼ਾਸਕ ਜਿਹੜੇ ਇਸਦੇ ਸੀਗੇ ਸੋ ਜੋਧਿਆ ਰਾਜਨਾ ਜਾਂਦਾ ਹੈਗਾਗਾ ਮਗਧ ਪ੍ਰਦੇਸ਼ ਇਸ ਸਤਾਨ ਦੇ ਵਿੱਚ ਆਂਦਾ ਹੈ ਲਿਛਵੀ ਦਾ ਜਿਹੜਾ ਇਲਾਕਾ ਸੀ ਇਸ ਇਲਾਕੇ ਦੇ ਵਿੱਚ ਆ ਜਾਂਦਾ ਹੈ ਕਲਿੰਗ ਵਾਲਾ ਜਿਹੜਾ ਇਲਾਕਾ ਆਂਦਾ ਹੈ ਇੱਥੇ ਚੋਲ ਪੱਲਵ ਜਿਹੜੇ ਆ ਜਾਂਦੇ ਸੀਗੇ ਸੋ ਇਹਨਾਂ ਨੇ ਸਾਰਿਆਂ ਨੇ ਇੱਥੇ ਪੂਰੇ ਪੂਰੇ ਇਲਾਕੇ ਦੇ ਵਿੱਚ ਆਪਣਾ ਜਿਹੜਾ ਸਮਰਾਜ ਉਹ ਸਥਾਪਿਤ ਕੀਤਾ ਸੀਗਾ ਸੋ ਇੰਨੀ ਜਿਹੜੀ ਬਾਉਂਡਰੀ ਸੀਗੀ ਇਹ ਤਕਰੀਬਨ ਜਿਹੜੀ ਸੀਗੀ ਇਹ ਗੁਪਤ ਸਮਰਾਜ ਦੀਆਂ ਸੀਮਾਵਾਂ ਸੀਗੀਆਂ ਅਤੇ ਇਹ ਵਾਲਾ ਜਿਹੜਾ ਇਲਾਕਾ ਸੀਗਾ ਇਹ ਸਮੁੰਦਰ ਗੁਪਤ ਦੀ ਦੱਖਣੀ ਭਾਰਤੀ ਜਿਹੜੀ ਮਹਿੰਮ ਸੀਗੀ ਉਸ ਤੇ ਅਧੀਨ ਸੀ ਯਾਨੀ ਕਿ ਦੱਖਣ ਭਾਰਤ ਦੇ ਵਿੱਚ ਜਿਹੜੇ ਉਹਨੇ ਹਮਲੇ ਕੀਤੇ ਸੀ ਉਸ ਦੌਰਾਨ ਇਸ ਰਸਤੇ ਰਾਹੀਂ ਜਿਹੜਾ ਆਇਆ ਸੀਗਾ ਸਮੁੰਦਰ ਗੁਪਤ ਤਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਮੁੰਦਰ ਗੁਪਤ ਤੋਂ ਸੋ ਜੋ ਕਿ ਸਭ ਤੋਂ ਮਹਾਨ ਸ਼ਾਸਕ ਮੰਨਿਆ ਜਾਂਦਾ ਹੈ ਗੁਪਤ ਸਮਰਾਜ ਦਾ ਸੋ ਸਮੁੰਦਰ ਗੁਪਤ ਨੂੰ ਉਸਦੇ ਪਿਤਾ ਨੇ ਹੀ ਜਿਹੜਾ ਚੰਦਰ ਗੁਪਤ ਨੇ ਜਿਹੜਾ ਗੱਦੀ ਤੇ ਉਹ ਬਿਠਾਉਣ ਦੇ ਲਈ ਜਿਹੜਾ ਚੁਣਿਆ ਸੀ ਕਿਉਂਕਿ ਇੱਕ ਯੋਗ ਵਿਅਕਤੀ ਸੀਗਾ ਇੱਕ ਬਹਾਦਰ ਵਿਅਕਤੀ ਇਹਦੇ ਵਿੱਚ ਗਿਣਿਆ ਜਾਂਦਾ ਸੀ ਸੋ ਇਸੇ ਨਹੀਂ ਸਮੁੰਦਰ ਗੁਪਤ ਨੂੰ ਜਿਹੜਾ ਯਾਨੀ ਕਿ ਰਾਜ ਗੱਦੀ ਸੰਭਾਈ ਸੀਗੀ ਇਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਸੰਘਰਸ਼ ਕਰਨਾ ਪੱਟ ਪਹਿਲੇ ਜਿਹੜੇ ਸੀਗੇ ਇਹਨਾਂ ਦੇ ਪੁੱਤਰ ਹਨ ਸੋ ਸਮੁੰਦਰ ਗੁਪਤ ਨੂੰ ਉਹਨਾਂ ਨੂੰ ਹੀ ਜਿਹੜਾ ਇਸ ਸ਼ਾਸਨ ਦੇ ਉੱਪਰ ਬਿਠਾਇਆ ਸੀ ਤਾਂ ਲਗਭਗ 35 ਸਾਲ ਤੱਕ ਉਸ ਨੇ ਰਾਜ ਜਿਹੜਾ ਕੀਤਾ ਸੀ ਆਪਣੇ ਸਮਰਾਜ ਦੇ ਵਿੱਚ ਔਰ ਇਸੇ ਸਮੇਂ ਦੇ ਦੌਰਾਨ ਬਹੁਤ ਸਾਰੇ ਜਿਹੜੇ ਇਲਾਕੇ ਉਹਨਾਂ ਨੇ ਜਿੱਤ ਲਏ تھے ਸੀਗੇ ਔਰ ਤਕਰੀਬਨ ਪੂਰੇ ਭਾਰਤ ਵਾਂਗੂ ਇਹਨਾਂ ਨੇ ਔਰ ਉੱਤਰੀ ਭਾਰਤ ਦੇ ਵਿੱਚ ਇਹਨਾਂ ਨੇ ਆਪਣਾ ਕਬਜ਼ਾ ਜਿਹੜਾ ਉਹ ਸਥਾਪਿਤ ਕਰ ਲਿਆਤਾ ਸੀਗਾ ਇਹਨਾਂ ਦੀਆਂ ਸਫਲਤਾਵਾਂ ਦੇ ਬਾਰੇ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਹੈ ਸੋ ਉਸ ਸਮੇਂ ਦੇ ਇੱਕ ਰਾਜਕਵੀ ਸੀ ਜਿਸ ਦਾ ਨਾਮ ਹਰੀ ਸੇਨ ਸੀਗਾ ਜਿਸ ਨੇ ਕਿ ਇਲਾਹਾਬਾਦ ਵਿਖੇ ਇੱਕ ਲੋ ਸਤੰਭ ਬਣਾਇਆ ਹੋਇਆ ਸੀਗਾ ਜਿਸ ਦੇ ਉੱਪਰ ਇਸ ਤੇ ਜਿਹੜੇ ਲੇਖ ਆ ਉਹ ਲਿਖੇ ਗਏ ਸੀਗੇ ਔਰ ਉਸ ਦੇ ਵਿੱਚ ਇਤਨੀਆਂ ਜਿਹੜੀਆਂ ਸਫਲਤਾਵਾਂ ਸੀ ਸਮੰਦਰਗਪਤ ਦੀਆਂ ਉਹਨਾਂ ਨੂੰ ਜ਼ਿਕਰ ਕੀਤਾ ਹੋਇਆ ਸੀ ਕਿ ਕਿਹੜੇ-ਕਿਹੜੇ ਇਲਾਕੇ ਇਹਨਾਂ ਨੇ ਆਪਣੀਏ ਸਮੇਂ ਦੇ ਦੌਰਾਨ ਜਿੱਤੇ ਸੀਗੇ ਸੋ ਇਲਾਹਾਬਾਦ ਵੀ ਕਿਹੇ ਸਤੰਭ ਬਣਾਇਆ ਹੋਇਆ ਸੀ ਇਹ ਬੜੇ ਇੰਪੋਰਟੈਂਟ ਨੇ ਇਹਨਾਂ ਦੇ ਜਿਹੜੇ ਐਮ ਐਸ ਕਿਊ ਮਿਲਣਗੇ ਉਹਨਾਂ ਦੇ ਵਿੱਚ ਤੁਹਾਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲੂਗਾ ਅਗਰ ਥਿਊਰੀ ਨਹੀਂ ਸਮਝ ਲੱਗੂਗਾ ਤਾਂ ਤੁਸੀਂ ਐਮ ਐਸ ਕਿਊ ਦੇ ਥੀਰੀਡਸ ਨੂੰ ਕਵਰ ਕਰ ਲਮੋਗੇ ਠੀਕ ਹੈ ਤੇ ਇਹ ਇੰਪੋਰਟੈਂਟ ਰ ਹੈ ਸੋ ਤਸਮੰਦਰ ਗੁਪਤ ਨੇ ਉੱਤਰੀ ਭਾਰਤ ਜਿਸ ਨੂੰ ਆਰੀਆ ਵਰਤ ਕਿਹਾ ਜਾਂਦਾ ਸੀ ਉਸ ਸਮੇਂ ਦੇ ਵਿੱਚ ਜਿਸ ਦੇ ਅੱਠ ਰਾਜਾ ਨੂੰ ਹਰਾ ਕੇ ਇਸ ਨੇ ਆਪਣੇ ਰਾਜ ਦੇ ਵਿੱਚ ਮਿਲਾ ਲੇਤਾ ਸੀਗਾ ਆਰੀਆ ਵਰਤ ਇੱਕ ਇੰਪੋਰਟੈਂਟ ਪਲੇਸ ਸੀਗਾ ਉੱਤਰੀ ਭਾਰਤ ਦੇ ਵਿੱਚ ਉਸ ਸਮੇਂ ਤਸਮੰਦਰ ਗੁਪਤ ਨੇ ਇਹਨਾਂ ਨੂੰ ਹਰਾ ਕੇ ਤਾਂ ਉਹਦੇ ਜਿਹੜੇ ਅੱਠ ਰਾਜੇ ਸੀ ਹਰਾ ਕੇ ਆਪਣੇ ਸਮਰਾਜ ਯਾਨੀ ਗੁਪਤ ਸਮਰਾਜ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰ ਲਿਆ ਸੀਗਾ ਔਰ ਉਸਨੇ ਦੱਖਣੀ ਭਾਰ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਰਾਜੇ ਹਰਾਏ ਸੀ ਸੋ ਉਹਨਾਂ ਦੇ ਵਿੱਚ 12 ਰਾਜੇ ਜਿਹੜੇ ਬੜੇ ਇੰਪੋਰਟੈਂਟ ਨੇ ਜਿਨ੍ਹਾਂ ਨੂੰ ਹਰਾ ਕੇ ਇਹਨਾਂ ਨੇ ਦੱਖਣੀ ਭਾਰ ਦੇ ਉੱਪਰ ਵੀ ਆਪਣਾ ਕਬਜ਼ਾ ਜਿਹੜਾ ਉਸਤਾਪਿਤ ਕਰ ਲੇਤਾ ਸੀਗਾ ਸੋ ਇਹ ਸਾਰਾ ਚੈਪਟਰ 6ਵੀਂ ਦੇ ਲੈਵਲ ਦੇ ਅਕੋਰਡਿੰਗ ਸੋ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੈ ਔਰ ਇਹਨਾਂ ਤੋਂ ਇਲਾਵਾ ਉਸਨੇ ਪੰਜਾਬ ਦੇ ਮਦਰਾਕ ਅਤੇ ਪੰਜਾਬ ਅਤੇ ਹਰਿਆਣਾ ਦੇ ਜੋਧੀ ਜਿਹੜੇ ਇਲਾਕੇ ਸੀਗੇ ਉਹਨਾਂ ਨੂੰ ਵੀ ਆਪਣੇ ਅਧੀਨ ਜਿਹੜਾ ਕਰ ਲੇਤਾ ਸੀ ਯਾਨੀ ਕਿ ਕਾਫੀ ਵਾਸਟ ਏਰੀਆ ਜਿਹੜਾ ਆਪਣੇ ਅਧੀਨ ਸਮੰਦਰ ਕਬਜ਼ੇ ਨੇ ਕਰ ਲੇਤਾ ਸੀ ਇਸ ਤੋਂ ਇਲਾਵਾ ਉਸਨੇ ਜਿਵੇਂ ਵਿਦੇਸ਼ੀ ਸ਼ਕਤੀਆਂ ਸੀ ਤਾਕਤਾਂ ਸੀ ਜਿਹੜੀਆਂ ਕਿ ਪੱਛਮੀ ਭਾਰ ਦੇ ਸ਼ੱਕ ਹੋ ਗਏ ਗੰਧਾਰ ਦੇ ਕੁਸ਼ਾਨ ਹੋ ਗਏ ਜਿਹੜੇ ਕਿ ਉੱਤਰ ਪੱਛਮੀ ਸਰਹੱਦੀ ਪ੍ਰਦੇਸ਼ ਪਾਕਿਸਤਾਨ ਪਾਕਿਸਤਾਨ ਦੇ ਕੁਝ ਇਲਾਕੇ ਸੀ ਉੱਥੇ ਹੀ ਰਹਿੰਦੇ ਹੁੰਦੇ ਸੀਗੇ ਔਰ ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਇਲਾਕਿਆਂ ਦੇ ਵਿੱਚ ਵੀ ਇਹਨਾਂ ਨੇ ਆਪਣਾ ਜਿਹੜਾ ਸ਼ਾਸਨ ਉਹ ਸਥਾਪਿਤ ਕੀਤਾ ਔਰ ਉਹਨਾਂ ਦੇ ਵਿਕਤੀਆਂ ਨਾਲ ਉਹਨਾਂ ਦੇ ਰਾਜਾਂ ਦੇ ਨਾਲ ਇਹਨਾਂ ਨੇ ਜਿਹੜੀਆਂ ਸੰਧੀਆਂ ਕਰਕੇ ਆਪਣੇ ਸਮਰਾਜ ਦੀਆਂ ਜਿਹੜੀਆਂ ਬਾਉਂਡਰੀਆਂ ਸੀ ਉਸ ਨੂੰ ਉਹ ਇਨਕਰੀਜ਼ ਕਰਦੇ ਰਹੇ ਸੀ ਤਾਂ ਕਿ ਆਪਣੇ ਸਮਰਾਜ ਨੂੰ ਵਿਸਤਾਰਤ ਜਿਹੜਾ ਉਹ ਕਰ ਸਕਣ ਸਮੁੰਦਰ ਗੁਪਤੇ ਜਿਹੜਾ ਇੱਕੋ ਮਹਾਂ ਜੋਧਿਆਂ ਦੇ ਵਿੱਚੋਂ ਚੁਣਿਆ ਗਿਆ ਸੀਗਾ ਇੱਕ ਮਹਾਨ ਜੋਧਾ ਤੇ ਸ਼ਾਸਕ ਜਿਹੜਾ ਉਸ ਸਮੇਂ ਦਾ ਮੰਨੇ ਜਾਂਦਾ ਸੀ। ਸਮੁੰਦਰ ਗੁਪ ਕਵੀ ਤੇ ਸੰਗੀਤਕਾਰ ਦੇ ਰੂਪ ਦੇ ਵਿੱਚ ਵੀ ਮਹਾਨ ਮੰਨੇ ਜਾਂਦੇ ਹਨ ਕਿਉਂਕਿ ਕਵਿਤਾ ਦੇ ਨਾਲ ਔਰ ਸੰਗੀਤ ਦੇ ਨਾਲ ਇਹਨਾਂ ਨੂੰ ਜਿਹੜਾ ਬਟਾ ਮੋਸੀ ਜਿਸ ਦੇ ਆਧਾਰ ਦੇ ਉੱਪਰ ਇਹਨਾਂ ਦੀਆਂ ਜਿਹੜੀਆਂ ਪਿਕਚਰਸ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਕੋਲੇ ਸੰਗੀਤ ਨਾਲ ਜਾਂ ਸਾਜ਼ ਨਾਲ ਸੰਬੰਧ ਜਿਹੜੇ ਵੀਨਾ ਨਾਮ ਦਾ ਹੈ ਦਾ ਸੰਗੀਤ ਸਮਾਦਸੀ ਹੈ। ਸੋ ਇਸਨੇ ਬਹੁਤ ਸਾਰੇ ਜਿਹੜੇ ਸੋਨੇ ਦੇ ਸਿੱਕੇ ਵੀ ਚਲਾਏ ਸੀਗੇ ਜਿਸ ਦੇ ਆਧਾਰ ਦੇ ਉੱਪਰ ਕਹਿ 사 ਜਾਏਗੇ ਉਸ ਸਮੇਂ ਭਾਰ ਦੇੜਾ ਉਹ ਸੋਨੇ ਦੀ ਚੜੀ ਮੰਨਿਆ ਜਾਂਦਾ ਸੀ ਔਰ ਕੁਝ ਸਿੱਕਿਆਂ ਦੇ ਉੱਪਰ ਜਿਹੜਾ ਸਮندر ਗੁਪਤ ਬੈਠ ਕੇ ਬੀਨਾ ਵਜਾਉਂਦੇ ਹੋਏ ਦਿਖਾਇਆ ਗਿਆ ਜਿਸ ਤੋਂ ਆਧਾਰ ਦੇ ਉੱਪਰ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸਮੁੰਦਰ ਗੁਪਤ ਸੀ ਉਸ ਨੂੰ ਸੰਗੀਤ ਦੇ ਨਾਲ ਬਹੁਤ ਪਿਆਰ ਸੀਗਾ ਔਰ ਉਸ ਦੇ ਦਰਬਾਰ ਦੇ ਵਿੱਚ ਬਹੁਤ ਸਾਰੇ ਵਿਦਵਾਨ ਤੇ ਕਲਾਕਾਰ ਰੱਖੇ ਹੋਏ ਸੀਗੇ ਜਿਨ੍ਹਾਂ ਦਾ ਮਕਸਦ ਸੀਗਾ ਕਿ ਉਹਨਾਂ ਨੂੰ ਸੰਗੀਤ ਦੇ ਆ ਵਿਦਵਾਨਤਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਇਸ ਚੀਜ਼ ਤੋਂ ਸਾਨੂੰ ਇਹ ਸਫਤ ਲੱਗਦਾ ਹੈ ਔਰ ਵੀਨਾ ਕੀ ਹੁੰਦੀ ਹੈ ਕਿ ਵੀਨਾ ਇੱਕ ਤਰ੍ਹਾਂ ਦਾ ਜਿਹੜਾ ਸਾਜ਼ ਹੁੰਦਾ ਜਿਸ ਨੂੰ ਕਹਿ ਸਕਦੇ ਹਾਂ বাজਾਇਆ ਜਾਂਦਾ ਹੈ ਸੋ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਮੁੰਦਰ ਗੁਪਤ ਉਸੇ ਸੇ ਇਹਦਾ ਅਰਧ ਉਪ੍ਰੇਸ਼ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਸੰਗੀਤ ਦੇ ਨਾਲ ਜਿਹੜਾ ਬੜਾ ਉਹ ਪਿਆਰ ਸੀਗਾ ਉਸ ਸਮੇਂ ਦੂਸਰਾ ਰਾਜਾ ਜੰਦਾ ਹੈ ਗੈਸ ਗੁਪਤ ਸਮਰਾਜ ਦਾ ਚੰਦਰਗੁਪਤ ਦੂਜਾ ਜਿਸ ਨੂੰ ਵਿਕਰਮਦਿੱਤਿਆ ਦੀ ਉਪਾਧੀ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਸੋ ਉਜੈਨ ਦੇ ਬਾਰੇ ਤੁਸੀਂ ਬੜਾ ਸੁਣਿਆ ਹੋਵੇ ਹੋਸਤੀਆਂ ਜਿਹੜੀਆਂ ਮਸ਼ਹੂਰ ਕਹਾਣੀਆਂ ਜਿਹੜੀਆਂ ਚਲੀਆਂ ਹੋਈਆਂ ਨੇਗੀਆਂ ਜਿਸ ਦੇ ਵਿੱਚ ਰਾਜਾ ਵਿਕਰਮਦਿੱਤੇ ਤੇ ਉਸਦੇ ਦਰਬਾਰ ਦੇ ਨੌ ਰਤਨਾਂ ਦੀਆਂ ਜਿਹੜੀਆਂ ਕਹਾਣੀਆਂ ਬੜੀਆਂ ਪ੍ਰਚਲਿਤ ਰੰਜ ਨੇ ਹਰ ਇੱਕ ਨੇ ਜਿਹੜੀਆਂ ਸੁਣੀਆਂ ਹੋਣੀਆਂ ਨੇ ਉਹ ਸਾਰੀਆਂ ਮੈਗਜ਼ੀਨਸ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਵਿਕਰਮਦਿੱਤੇ ਦੀਆਂ ਜਿਹੜੀਆਂ ਕਹਾਣੀਆਂ ਨੌ ਰਤਨਾ ਵਾਲੀਆਂ ਜਿਹੜੀਆਂ ਸੁਣਾਈਆਂ ਗਈਆਂ ਹੈ ਕਹਿੰਦੇ ਕਿਆਂ ਸੋ ਇਹਨਾਂ ਦੀ ਸੱਚੇ ਜਾਂ ਝੂਠਵਾਰੇ ਤਾਂ ਕਿਸੇ ਨੂੰ ਕੋਈ ਨਹੀਂ ਪਤਾ ਪਰ ਇਹਨਾਂ ਚੀਜ਼ਾਂ ਤੋਂ ਬਹੁਤ ਸਾਰੇ ਉਸ ਸਮੇਂ ਦੇ ਜਿਹੜੇ ਚੀਜ਼ਾਂ ਬਾਰੇ ਪਤਲਾਦਾ ਹੈ ਰੋਸ ਸਮੇਂ ਇਹ ਵੀ ਪਤਲਾਦਾ ਹੈ ਕਿ ਚੰਦਰਗੁਪਤ ਦੂਜਾ ਸੀਗਾ ਇਹਦਾ ਉਸ ਸਮੇਂ ਪ੍ਰਾਚੀਨ ਕਾਲ ਦੇ ਵਿੱਚ ਬਹੁਤ ਜ਼ਿਆਦਾ ਲੋਕਪ੍ਰੀਆ ਰਾਜਾ ਮੰਨਿਆ ਜਾਂਦਾ ਸੀਗਾ ਸੋ ਇਹ ਸਮੁੰਦਰਗੁਪਤ ਚੰਦ ਸਮੁੰਦਰਗੁਪਤ ਦਾ ਜਿਹੜਾ ਪੁੱਤਰ ਸੀਗਾ ਚੰਦਰਗੁਪਤ ਦੂਜਾ ਠੀਕ ਹੈ ਸੋ ਇਹ ਬੜੇ ਇੰਪੋਰਟੈਂਟ ਹੈ ਸੋ ਇਹਨਾਂ ਉੱਪਰ ਸੀਰੀਅਲ ਵਾਈਜ਼ ਵੀ ਜਿਹੜਾ ਬਣਾ ਕੇ ਤੁਹਾਨੂੰ ਪੀਡੀਐਫ ਬਣਾ ਕੇ ਭੇਜ ਦਵਾਂਗਾ ਔਰ ਨਾਲ ਹੀ ਐਮਐਸਕਿਊ ਦੇ ਵਿੱਚ ਵੀ ਇਹਨਾਂ ਨੂੰ ਐਡ ਕਰ ਦੇਵਾਂਗਾ ਸੋ ਚੰਦਰਗੁਪਤ ਦੂਜੇ ਦਾ ਜਿਹੜਾ ਸ਼ਾਸਨ ਰਿਹਾ ਤਕਰੀਬਨ 380 ਤੋਂ ਲੈ ਕੇ 412 ਈਸਵੀ ਤੱਕ ਦਾ ਸ਼ਾਸਨ ਰਿਹਾ ਸੀਗਾ ਸੋ ਕਾਫੀ ਸਾਲ ਤੱਕ ਇਹਨਾਂ ਨੇ ਜਿਹੜਾ ਸ਼ਾਸਨ ਕੀਤਾ ਸੀ ਔਰ ਬਹੁਤ ਸਾਰਾ ਜਿਹੜਾ ਆਪਣੇ ਵਿਸਤਾਰ ਇਹਨਾਂ ਨੇ ਕੀਤਾ ਸੀ ਇਸ ਸਮੇਂ ਔਰ ਸਭ ਤੋਂ ਮਹੱਤਮਪੂਰਨ ਇਹਨਾਂ ਦੀ ਜਿੱਤ ਮੰਨੀ ਜਾਂਦੀ ਉਹ ਪੱਛਮੀ ਭਾਰ ਦੇ ਉੱਪਰ ਸ਼ੱਕ ਜਾਂਦੀ ਸੀ ਜਿਹੜੀ ਉਹਨਾਂ ਨੂੰ ਹਰਾ ਕੇ ਇਹਨਾਂ ਨੇ ਆਪਣੇ ਰਾਜ ਦੇ ਅਧੀਨ ਕਰ ਲਿਆ ਤਾਂ ਸੀ ਸੋ ਇਹ ਸਭ ਤੋਂ ਮਹੱਤਮਪੂਰਨ ਜਿਹੜੀ ਸੀਗੀ ਜਿੱਤ ਦੇ ਵਿੱਚ ਉਸ ਸਮੇਂ ਸ਼ਾਮਲ ਸੀਗਾ ਸੋ ਇਸ ਜਿੱਤ ਦੇ ਨਾਲ ਵਿਦੇਸ਼ੀ ਰਾਜ ਜਿਹੜਾ ਖਤਮ ਹੋ ਗਿਆ ਸੀ ਕਿਉਂਕਿ ਸ਼ੱਕ ਜਿਹੜੀ ਸੀਗੀ ਕੋਈ ਵਿਦੇਸ਼ੀ ਜਾਤੀ ਜਿਦੇ ਕਰਕੇ ਭਾਰਤ ਦੇ ਵਿੱਚ ਭਾਰਤੀਆਂ ਦਾ ਹੀ ਰਾਜ ਜਿਹੜਾ ਉਹ ਸਥਾਪਿਤ ਹੋ ਗਿਆ ਸੀਗਾ। ਔਰ ਦਿੱਲੀ ਦੇ ਵਿੱਚ ਕੁਤਬ ਮিনার ਦੇ ਕੋਲ ਲੱਗਿਆ ਹੋਇਆ ਲੋਹ ਦਾ ਵਿਸ਼ਾਲ ਸਤੰਭ ਜਿਹੜਾ ਉਹ ਵੀ ਜਿਹੜਾ ਸੀਗਾ ਚੰਦਰਗੁਪਤ ਦੂਜੇ ਦੇ ਦੁਆਰਾ ਬਣਾਇਆ ਗਿਆ ਸੀਗਾ। ਸੋ ਦਿੱਲੀ ਦੇ ਵਿੱਚ ਕੁਤਬ ਮিনার ਲੱਗਿਆ ਸੀਗਾ ਜਿਸ ਦੇ ਵਿੱਚ ਲੋਹੇ ਦਾ ਇੱਕ ਵਿਸ਼ਾਲ ਸਤੰਭ ਬਣਾਇਆ ਗਿਆ ਸੀਗਾ। ਸੋ ਇਹ ਜਿਹੜਾ ਸਤੰਭ ਲੱਗਿਆ ਸੀ ਇਹ ਵੀ ਚੰਦਰਗੁਪਤ ਦੂਜਾ ਜਿਸ ਦਾ ਨਾਮ ਵਿਕਰਮ ਦਿੱਤਿਆ ਸੀ ਇਸ ਨੇ ਉੱਥੇ ਲਗਾਇਆ ਸੀਗਾ। ਜਿਵੇਂ ਮਹਾਨ ਜਿਹੜਾ ਕਹਿ ਸਕਦੇ ਆ ਜਿਤੂਆਂ ਦੇ ਵਿੱਚ ਉਸ ਸਮੇਂ ਰਿਆ ਸੀ ਔਰ ਇਸ ਸਤੰਮ ਦੇ ਉੱਪਰ ਜਿਹੜਾ ਚੰਦਰਗੁਪਤ ਹੈ ਉਸ ਦੀਆਂ ਜਿਹੜੀਆਂ ਸਫਲਤਾਵਾਂ ਜਾਨੀ ਕਿ ਜਿੰਨੀਆਂ ਵੀ ਜਿੱਤਾਂ ਰਹੀਆਂ ਉਹਨਾਂ ਦਾ ਜੇਕਰ ਮਿਲਦਾ ਉਸ ਆਧਾਰ ਦੇ ਉੱਪਰ ਅਸੀਂ ਇਹਨਾਂ ਦੀ ਜੀਵਨੀ ਬਾਰੇ ਜਾਂ ਇਹਨਾਂ ਦੀਆਂ ਸਫਲਤਾਵਾਂ ਬਾਰੇ ਜਿਹੜਾ ਜਾਣ ਸਕਦੇ ਹਾਂ ਕਿ ਆਂਗੇ ਔਰ ਇਸੇ ਲੇਖ ਦੇ ਉੱਪਰ ਉਹਨਾਂ ਨੇ ਲਿਖਿਆ ਹੈ ਕਿ ਬੰਗਾਲ ਦੇ ਵਿੱਚ ਰਾਜਾਂ ਦਾ ਇੱਕ ਗੁੱਟ ਸੀਗਾ ਜਿਸ ਨੂੰ ਕੇ ਚੰਦਰਗੁਪਤ ਨੇ ਦੂਜੇ ਨੇ ਜਿਹੜਾ ਹਰਾਇਆ ਸੀਗਾ ਔਰ ਇਸੇ ਕਰਕੇ ਜਿਹੜਾ ਉਸ ਦੀ ਮਸ਼ਹੂਰੀ ਪੂਰੇ ਦੇ ਪੂਰੇ ਦੱਖਣੀ ਭਾਰ ਦੇ ਵਿੱਚ ਹੋ ਗਈ ਸੀਗੀ ਕਿ ਇੱਕ ਰਾਜਾ ਹੈ ਜੋ ਸੰ ਚੰਦਰਗੁਪਤ ਦੂਜਾ ਜਿਸ ਨੇ ਕਿ ਰਾਜਿਆਂ ਦੇ ਇੱਕ ਗੁੱਟ ਨੂੰ ਹਰਾ ਦਿੱਤਾ ਸੀ ਜਿਸ ਕਰਕੇ ਠੀਕ ਹੈ ਔਰ ਇਸਨੇ ਸਿੰਧ ਨਦੀ ਨੂੰ ਪਾਰ ਕਰਕੇ ਉੱਤਰੀ ਫਗਾਨਿਸਤਾਨ ਦੇ ਵਿੱਚ ਬਲਖਨਾ ਦਾ ਖੇਤਰ ਸੀਗਾ ਉਸ ਨੂੰ ਵੀ ਆਪਣੇ ਅਧੀਨ ਕਰ ਲਿਆਤਾ ਸੀ ਜਿੱਤ ਲਿਆ ਸੀਗਾ ਸੋ ਇਸੇ ਆਧਾਰ ਦੇ ਉੱਪਰ ਜਿਹੜਾ ਕਹਿ ਸਕਦੇ ਆ ਕਿ ਇਸਨੇ ਸ਼ਾਇਦ ਜਿਹੜਾ ਕਿ ਫਗਾਨਿਸਤਾਨ ਦੇ ਇਲਾਕੇ ਦੇ ਵਿੱਚ ਕੁਝ ਖੁੰਖਾਰ ਜਾਤੀਆਂ ਰਹਿੰਦੀਆਂ ਸੀ ਉਹਨਾਂ ਨੂੰ ਵੀ ਹਰਾਇਆ ਹੋ ਸਕਦਾ ਹੈ ਸੋ ਇਹ ਕੰਦਾਜਾ ਹੈ ਕਿ ਸ਼ਾਇਦ ਇਹਨਾਂ ਦੇ ਦੁਆਰਾ ਉਸ ਕਬੀਲੇ ਨੂੰ ਹਰਾਇਆ ਗਿਆ ਸੀ ਕਿਉਂਕਿ ਇਸ ਇਲਾਕੇ ਦੇ ਵਿੱਚ ਇੱਕ ਬਹੁਤ ਖੁੰਖਾਰ ਜਿਹੜਾ ਕਬੀਲਾ ਉਸ ਸਮੇਂ ਰਹਿੰਦਾ ਹੁੰਦਾ ਸੀ ਅਤੇ ਚੰਦਰਗੁਪਤ ਦੂਜੇ ਨੇ ਬਹੁਤ ਮਾਤਰਾ ਦੇ ਵਿੱਚ ਸੋਨੇ ਚਾਂਦੀ ਤੇ ਤਾਂਬੇ ਦੇ ਜਿਹੜੇ ਉਹ ਸਿੱਕੇ ਜਾਰੀ ਕੀਤੇ ਸੀਗੇ ਸੋ ਇਹ ਵੀ ਬੜਾ ਇੰਪੋਰਟੈਂਟ ਹੈ ਸੋ ਚੰਦਰਗੁਪਤ ਦੇ ਦੁਆਰਾ ਸੋਨੇ ਚਾਂਦੀ ਤਿੰਨੋਂ ਪਦਾਰਥਾਂ ਦੇ ਜਿਹੜੇ ਕਹਿ ਸਕਦੇ ਹਾਂ ਕਿ ਸਿੱਕੇ ਜਾਰੀ ਕੀਤੇ ਗਏ ਸੀਗੇ ਚੰਦਰਗੁਪਤ ਦੂਜੇ ਦੇ ਦੁਆਰਾ ਸੋ ਚੰਦਰਗੁਪਤ ਦੂਜਾ ਸੀ ਜਿਹੜਾ ਉਹ ਵਿਸ਼ਨੂੰ ਭਗਵਾਨ ਦਾ ਭਗਤ ਸੀਗਾ ਯਾਨੀ ਕਿ ਵਿਸ਼ਨੂੰ ਧਰਮ ਦੇ ਵਿੱਚ ਉਸ ਦਾ ਜਿਹੜਾ Hindu ਧਰਮ ਦੇ ਵਿੱਚ ਉਸ ਦਾ ਵਿਸ਼ਵਾਸੀ ਅਤੇ ਵਿਸ਼ਨੂੰ ਨੋਹ ਕੋ ਨੂੰ ਤੌਰ ਤੇ ਮੰਨਦੇ ਸੀ ਹਾਲਾਂਕਿ ਹਿੰਦੂਤਰਮ ਦੇਵੋ ਜਾਈ ਸੀ ਬਟ ਫਿਰ ਵੀ ਸਾਰੇ ਧਰਮਾਂ ਦਾ ਜਿਹੜਾ ਉਸ ਸਮੇਂ ਉਹ ਆਦਰ ਕਰਦੇ ਸੀ ਕਿਸੇ ਨੂੰ ਕੋਈ ਖਾਸ ਰੈਫਰੈਂਸ ਜਿਹੜੀ ਉਹ ਨਹੀਂ ਦਿੰਦੇ ਸੀਗੀ ਔਰ ਵਿਕਰਮਦੇਵ ਦੀ ਉਪਾਦੀ ਧਾਰਨ ਉਹਨਾਂ ਦੇ ਦੁਆਰਾ ਕੀਤੀ ਗਈ ਸੀ ਜਿਸ ਦਾ ਅਰਥ ਇਹ ਸੀਗਾ ਕਿ ਵੀਰਤਾ ਦਾ ਸੂਰਜ ਇੰਪੋਰਟੈਂਟ ਹੈ ਚੰਦਰਗੁਪਤ ਦੂਜਾ ਸੀ ਜਿਸ ਨੇ ਵਿਕਰਮਦੇਵ ਦੀ ਉਪਾਦੀ ਧਾਰਨ ਕੀਤੀ ਸੀ ਅਤੇ ਵਿਕਰਮਦੇਵ ਦਾ ਜਿਹੜਾ ਮੀਨਿੰਗ ਸੀਗਾ ਕਿ ਵੀਰਤਾ ਦਾ ਸੂਰਜ ਯਾਨੀ ਕਿ ਜਿੱਤ ਦਾ ਅਸਰ کہہ ਸਕਦੇ ਹਾਂ ਸੂਰਜ ਮੰਨਿਆ ਜਾਂਦਾ ਸੀ ਉਸ ਸਮੇਂ ਤੀਸਰਾ ਰਾਜਾ ਸੀ ਇਹ ਤੇ ਸਕੰਦਗੁਪਤ ਸੋ ਚੰਦਰਗੁਪਤ ਦੇ ਦੂਜੇ ਦਾ ਪੋਤਾ ਸੀਗਾ ਸਕੰਦਗੁਪਤ ਸੋ ਵੀ ਇੱਕ ਮਹਾਨ ਜੇਤੂਆਂ ਦੇ ਵਿੱਚੋਂ ਮੰਨੇ ਜਾਂਦੇ ਹੈ ਸੋ ਇਸਨੇ ਤਕਰੀਬਨ 454 ਤੋਂ ਲੈ ਕੇ 467 ਇਸਵੀ ਤੱਕ ਜਿਹੜਾ ਸ਼ਾਸਨ ਉਹ ਕੀਤਾ ਸੀਗਾ ਐਂਡ ਇਹ ਵੀ ਇੱਕ ਮਹਾਨ ਜੇਤੂਆਂ ਦੇ ਵਿੱਚ ਜਿਹੜਾ ਸ਼ਾਮਲ ਮੰਨਿਆ ਜਾਂਦਾ ਹੈ ਕਿਉਂਕਿ ਇਸਨੇ ਵੀ ਕਾਫੀ ਸਾਰਾ ਏਰੀਆ ਜਿਹੜਾ ਭਾਰਤ ਆਪਣੇ ਅਧੀਨ ਉਹ ਕਰ ਲੇਤਾ ਸੀ ਔਰ ਇਸ ਦੇ ਰਾਜਗਦੀ ਤੇ ਬੈਠਣ ਤੋਂ ਬਾਅਦ ਛੇਤੀ ਹੀ ਜਿਹੜਾ ਹੁਣਾਂ ਨੇ ਭਾਰਤ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਜਿਸ ਕਰਕੇ ਇਸ ਦੀ ਜਿਹੜੀ ਸਥਿਤੀ ਆ ਥੋੜੀ ਜਿਹੀ ਹਕਮਜ਼ੋਰ ਹੋ ਗਈ ਸੀਗੀ ਤੇ ਸਕੰਦਗੁਪਤ ਨੇ ਇਹਨਾਂ ਨੂੰ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ ਸੀ ਜਦੋਂ ਭਾਰਤਾਂ ਦੇ ਉੱਪਰ ਭਾਰਤ ਦੇ ਉੱਪਰ ਪਹਿਲੀ ਵਾਰ ਹੁਣਾਂ ਦੇ ਹਮਲੇ ਹੋਇਆ ਤਾਂ ਸਕੰਦਗੁਪਤ ਨੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਸੀ ਯਾਨੀ ਕਿ ਹਰਾ ਦਿੱਤਾ ਉਸ ਸਮੇਂ ਹੀ ਔਰ ਕੁਸ਼ੇ ਮਿਤਰਾ ਨਾਂ ਦੀ ਇੱਕ ਹੋਰ ਜਾਤੀ ਸੀ ਇਸ ਨੂੰ ਵੀ ਜਿਹੜਾ ਸਕੰਦ ਗੁਪਤ ਨੇ ਹਾਰ ਦਿੱਤਾ ਸੀ ਸੋ ਇਹ ਵੀ ਇੱਕ ਜਿਹੜੀ ਜਾਤੀ ਸੀਗੀ ਇੱਕ ਉਖਾਂਡ ਜਾਤੀਆਂ ਦੇ ਵਿੱਚ ਇਹ ਸ਼ਾਮਲ ਸੀਗੀ ਔਰ ਸ਼ਕੰਤਕੁਪਤ ਤੋਂ ਬਾਅਦ ਗੁਪਤ ਵੰਸ਼ ਦਾ ਜਿਹੜਾ ਉਹ ਪਤਨ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਉਸ ਤੋਂ ਬਾਅਦ ਜਿੰਨੇ ਵੀ ਉਸਤੇ ਜਿਹੜੇ ਸ਼ਾਸਕ ਰਹੇ ਸੋ ਤਕਰੀਬਨ ਜਿਹੜੇ ਆ ਅਯੋਗ ਰਹੇ ਸੀ ਰਾਜੇ ਬਹੁਤ ਬਣੇ ਸੀ ਬਟ ਸਾਰੇ ਦੇ ਸਾਰੇ ਤਕਰੀਬਨ ਉਹ ਅਯੋਗ ਰਹੇ ਜਿਸ ਕਰਕੇ ਇਸ ਵੰਸ਼ ਦਾ ਜਿਹੜਾ ਅੰਤ ਹੋਣਾ ਸ਼ੁਰੂ ਹੋ ਗਿਆ ਸੀ ਠੀਕ ਹੈ ਔਰ ਇਸੇ ਦੇ ਨਾਲ ਹੀ ਹੂਣਾ ਵਰਗੀਆਂ ਜਿਹੜੀਆਂ ਵਿਦੇਸ਼ੀ ਜਾਤੀਆਂ ਸੀ ਉਹਨਾਂ ਨੇ ਵਾਰ-ਵਾਰ ਭਾਰਤ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ 550 ਈਸਵੀ ਦੇ ਲਗਭਗ ਇਹਨਾਂ ਦਾ ਰਾਜ ਹੈ ਜਿਹੜਾ ਗੁਪਤ ਸਮਰਾਜ ਸੀ ਉਸ ਦਾ ਅੰਤ ਹੋ ਚੁੱਕਿਆ ਸੀ ਠੀਕ ਹੈ ਸੋ ਅੱਗੇ ਆ ਜਾਂਦੀ ਹੈ ਗੱਲ ਕਿ ਗੁਪਤ ਸਮਰਾਜ ਦਾ ਜਿਹੜਾ ਰਾਜ ਪ੍ਰਬੰਧ ਸੀ ਐਡਮਿਨਿਸਟ੍ਰੇਸ਼ਨ ਸਿਸਟਮ ਸੀ ਉਹ ਕਿਹੋ ਜਿਹਾ ਸੀ ਕਿਹੜੇ-ਕਿਹੜੇ ਉਹਨਾਂ ਨੇ ਜਿਹੜੇ ਸਿਸਟਮ ਅਪਣਾਏ ਹੋਏ ਸੀ ਜਿਸ ਆਧਾਰ ਦੇ ਉੱਪਰ ਰਾਜ ਦਾ ਪੂਰਾ ਪ੍ਰਬੰਧ ਉਹ ਚੱਲਦਾ ਹੁੰਦਾ ਸੀਗਾ ਤੋ ਹਰੇਕ ਪ੍ਰਬੰਧ ਦੇ ਵਿੱਚ ਅਸੀਂ ਦੇਖਦੇ ਹਾਂ ਸਿਸਟਮ ਦੇ ਵਿੱਚ ਕਿ ਸਭ ਤੋਂ ਉੱਚਾ ਅਧਿਕਾਰੀ ਜਿਹੜਾ ਹੁੰਦਾ ਹੈ ਕਗਾ ਸ਼ਾਸਨ ਦੇ ਵਿੱਚ ਉਹ ਰਾਜਾ ਹੀ ਹੁੰਦਾ ਸੀਗਾ ਸੋ ਗੁਪਤ ਕਾਲ ਦੇ ਵਿੱਚ ਵੀ ਇਹ ਜਿਹਾ ਹੀ ਸੀ ਕਿ ਰਾਜਾ ਹੀ ਸਭ ਤੋਂ ਉੱਚ ਅਧਿਕਾਰੀ ਹੁੰਦਾ ਸੀ ਉਸ ਦੁਆਰਾ ਕੋਈ ਵੀ ਸ਼ਬਦ ਬੋਲਿਆ ਤਾਂ ਉਹ ਕਾਨੂੰਨ ਦਾ ਜਿਹੜਾ ਰੂਪ ਉਹ ਲੈ ਲੈਂਦੇ ਸੀ ਇਸ ਤੋਂ ਇਲਾਵਾ ਉਸਨੇ ਆਪਣੇ ਸਹਾਇਤਾ ਦੇ ਲਈ ਬਹੁਤ ਸਾਰੇ ਮੰਤਰੀ ਅਤੇ ਅਫਸਰ ਜਿਹੜੇ ਰੱਖੇ ਹੁੰਦੇ ਸੀ ਜੋ ਕਿ ਪਾਰਲੀਮੈਂਟ ਦੀ ਤਰ੍ਹਾਂ ਕੰਮ ਕਰਦੇ ਸੀਗੇ ਸੰਸਦ ਦੀ ਤਰ੍ਹਾਂ ਕਿ ਪੂਰੇ ਦੇ ਪੂਰੇ ਸਿਸਟਮ ਨੂੰ ਉਹਨਾਂ ਨੂੰ ਗਾਈਡ ਕਰਨਾ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਰੱਖੇ ਹੋਏ ਸੀ ਔਰ ਸਮਰਾਜ ਜਿਹੜਾ ਅੱਗੇ ਉਹ ਕਈ ਸਾਰੇ ਸੂਬਿਆਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀਗਾ ਜਿਸ ਨੂੰ ਕੇ ਭੁਗਤੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਸੀਗਾ ਸੋ ਰਾਜਾ ਜਿਹੜਾ ਸੀਗਾ ਉਸ ਸਮੇਂ ਸਭ ਤੋਂ ਉੱਚਾ ਅਧਿਕਾਰੀ ਸੀ ਉਸ ਤੋਂ ਇਲਾਵਾ ਜਿਹੜਾ ਸਮਰਾਜ ਸੀ ਉਸ ਨੂੰ ਸੂਬਿਆਂ ਦੇ ਵਿੱਚ ਜਿਹੜਾ ਡਿਵਾਈਡ ਕੀਤਾ ਸੀ ਸੋ ਇਹ ਜਿਹੜੇ ਸੂਬੇ ਸੀ ਇਹਨਾਂ ਨੂੰ ਉਸ ਸਮੇਂ ਭੁਗਤੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੁੰਦਾ ਸੀਗਾ ਸਮਰਾਜ ਦੇ ਵਿੱਚ ਸੂਬੇ ਸੀ ਸੂਬੇ ਅੱਗੇ ਜਿਹੜੇ ਸੀਗੇ ਇਹ ਜਾਣੇ ਜਾਂਦੇ ਸੀ ਉਸ ਸਮੇਂ ਦੇ ਵਿੱਚ ਭੁਗਤੀ ਦੇ ਨਾਮ ਨਾਲ ਇਹ ਬੜੇ ਇੰਪੋਰਟੈਂਟ ਪੁਆਇੰਟਸ ਨੇਗੇ ਸੋ ਇਹਨਾਂ ਨੂੰ ਪਲੀਜ਼ ਨੋਟ ਕਰ ਲੈਣਾ ਸੋ ਇਹਨਾਂ ਤੋਂ ਲਾਵਾ ਜਿਹੜਾ ਸ਼ਾਸਨ ਪ੍ਰਬੰਧ ਸੀਗਾ ਉਹਨਾਂ ਦਾ ਜਿਹੜਾ ਪ੍ਰਬੰਧ ਹੁੰਦਾ ਸੀ ਉਹ ਤਕਰੀਬਨ ਜਿਹੜਾ ਗਵਰਨਰ ਕਰਦੇ ਹੁੰਦੇ ਸੀਗੇ ਸੋ ਜਿਨ੍ਹਾਂ ਨੂੰ ਉਸ ਸਮੇਂ ਉਪਾਰਕ ਮਹਾਰਾਜ ਕਿਹਾ ਜਾਂਦਾ ਹੁੰਦਾ ਸੀ ਗਵਰਨਰ ਜਿਹੜੇ ਹੁੰਦੇ ਸੋ ਉਸ ਸਮੇਂ ਉਪਾਰਕ ਮਹਾਰਾਜ ਦੇ ਨਾਮ ਨਾਲ ਜਾਣੇ ਜਾਂਦੇ ਸੀ ਜਿਨ੍ਹਾਂ ਦੇ ਹੇਠ ਇਹ ਤਿੰਨ ਸਾਰਾ ਸ਼ਾਸਨ ਪ੍ਰਬੰਧ ਉਸ ਸਮੇਂ ਹੁੰਦਾ ਸੀਗਾ ਜ਼ਿਲ੍ਹਿਆਂ ਨੂੰ ਉਸ ਸਮੇਂ ਜਿਹੜਾ ਵਿਸ਼ਿਸ਼ ਦੇ ਵਿੱਚ ਜਿਹੜਾ ਡਿਵਾਈਡ ਕੀਤਾ ਸੀਗਾ ਔਰ ਇਸ ਤੋਂ ਹਟਾ ਜਿਹੜੇ ਉਹ ਸ਼ਹਿਰ ਤੇ ਪਿੰਡ ਜਿਹੜੇ ਆ ਜਾਂਦੇ ਹੁੰਦੇ ਸੀਗੇ ਜ਼ਿਲ੍ਹਾ ਨੂੰ ਵਿਸ਼ੇਜ ਕਹਿੰਦੇ ਸੀਗੇ ਸਮਰਾਜ ਦੀ ਜਿਹੜੀ ਰਾਜਧਾਨੀ ਉਸ ਸਮੇਂ ਪਾਟਲੀਪੁੱਤਰ ਸੀ ਜੋ ਕਿ ਪਟਨਾ ਦੇ ਵਿੱਚ ਸੀਗੀ ਔਰ ਬਹੁਤ ਸਾਰੇ ਜਿਹੜੇ ਵੱਡੇ ਸਰਕਾਰੀ ਅਧਿਕਾਰੀ ਉਹ ਉਸ ਸਮੇਂ ਕੁਮਾਰਾ ਮੇਤਾ ਇਸ ਜਿਹੜਾ ਕਿਹਾ ਜਾਂਦਾ ਸੀ ਜੋ ਕਿ ਅੱਜ ਕੱਲ ਦੇ ਆਈਏਐਸ ਦੇ ਅਫਸਰ ਦੀ ਤਰ੍ਹਾਂ ਜਿਹੜੇ ਹੁੰਦੇ ਹੁੰਦੇ ਸੀਗੇ ਕੁਮਾਰਾ ਇਸ ਤਰ੍ਹਾਂ ਠੀਕ ਹੈ ਜੋ ਕਿ ਗੁਪਤ ਸਮਰਾਜ ਦੇ ਮੁੱਖ ਅਧਿਕਾਰੀਆਂ ਦੇ ਵਿੱਚ ਵੱਡੇ ਸਰਕਾਰੀ ਅਧਿਕਾਰੀਆਂ ਦੇ ਵਿੱਚ ਉਸ ਸਮੇਂ ਹੁੰਦੇ ਹੁੰਦੇ ਸੀਗੇ ਸਿੰਨ੍ਹ ਤੋਂ ਇਲਾਵਾ ਵਿਦੇਸ਼ ਮੰਤਰੀ ਸੈਨਾਪਤੀ ਗ੍ਰੈਸ ਖਤਰ ਇਹ ਵੀ ਉਸ ਸਮੇਂ ਦੇ ਵਿੱਚ ਪ੍ਰਸਿੱਧ ਮੰਨੇ ਜਾਂਦੇ ਸੀਗੇ ਇਸੇ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਸ਼ਾਸਨ ਪ੍ਰਬੰਧ ਬੜੇ ਸੁਚੇਤ ਢੰਗ ਦੇ ਨਾਲ ਚਲਾਇਆ ਜਾਂਦਾ ਸੀ ਬੜਾ ਵਧੀਆ ਉਹਨਾਂ ਦਾ ਸਿਸਟਮ ਸੀ ਪੂਰਾ ਮੈਨੇਜ ਕੀਤਾ ਹੋਇਆ ਸੀਗਾ ਪ੍ਰਾਂਤਾਂ ਦੇ ਵਿੱਚ ਸੂਬਿਆਂ ਦੇ ਵਿੱਚ ਕੁਲਤੀ ਦੇ ਵਿੱਚ ਵੰਡਿਆ ਵਾਸੀ ਅੱਗੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਕੋਈ ਜਿਹੜੇ ਅਧਿਕਾਰੀ ਵੀ ਨਿਯੁਕਤ ਕੀਤੇ ਹੋਏ ਸੀ ਤਾਂ ਕਿ ਇੱਕ ਵਧੀਆ ਤਰੀਕੇ ਦੇ ਨਾਲ ਉਸ ਸਮੇਂ ਸਿਸਟਮ ਚਲਾਇਆ ਜਾ ਸਕੇ ਸੇਸ ਤੋਂ ਅੱਗੇ ਹੈ ਸਮਾਜ ਸੋ ਸਮਾਜ ਜਿਹੜਾ ਗੁਪਤ ਸਮਰਾਜ ਦਾ ਕਿਹਾ ਜਾਂਦਾ ਸੀ ਉਸ ਸਮੇਂ ਦੇ ਸਮਾਜ ਦੇ ਲੋਕ ਜਿਹੜੇ ਉਹ ਬੜੇ ਖੁਸ਼ਹਾਲ ਤੇ ਸੁਖੀ ਪਾਏ ਜਾਂਦੇ ਸੀਗੇ ਉਸ ਸਮੇਂ ਦੇ ਸਮਰਾਜ ਦੇ ਵਿੱਚ ਜਿਹੜਾ ਕਹਿ ਸਕਦੇ ਹੈ ਕਿ ਬੜਾ ਵਧੀਆ ਪ੍ਰਬੰਧ ਹੁੰਦਾ ਸੀਗਾ ਗੁਪਤ ਸਮਰਾਜ ਦਾ ਸੋ ਚੀਨੀ ਯਾਤਰੀ ਫਾਹੀਜਨ ਉਸ ਸਮੇਂ ਦੇ ਆਇਆ ਸੀਗਾ ਜਿਹੜਾ ਕਿ ਚੰਦਰਗੁਪਤ ਦੂਜੇ ਦੇ ਸਮੇਂ ਭਾਰ ਦੇ ਵਿੱਚ ਆਇਆ ਸੀ ਸੋ ਇਹ ਲਿਖਦਾ ਹੈਗਾ ਕਿ ਭਾਰ ਦੇ ਲੋਕ ਨੇ ਬੜੇ ਉਸ ਸਮੇਂ ਦੇ ਵਿੱਚ ਸੁਖੀ ਤੇ ਇਮਾਨਦਾਰ ਹੁੰਦੇ ਸੀਗੇ ਔਰ ਇਸ ਸਮਾਨਦਰ ਦਾ ਜ਼ਿਕਰ ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਕੀਤਾ ਹੋਇਆ ਹੈਗਾਗਾ ਜਿਸ ਦੇ ਅਧਾਰ ਤੇ ਪ੍ਰੋਫੈਸਰ ਨੇ ਕਿਹਾ ਹੈ ਕਿ ਬਾਹਰ ਦੇ ਵਿੱਚ ਉਸ ਸਮੇਂ ਕੋਈ ਵੀ ਅਪਰਾਧ ਜਿਹੜਾ ਨਹੀਂ ਹੁੰਦਾ ਸੀ ਨਾ ਹੀ ਕੋਈ ਚੋਰੀ ਹੁੰਦੀ ਸੀ ਕਿ ਔਰ ਲੋਕ ਜਿਹੜੇ ਹੁੰਦੇ ਸੀ ਕਿ ਨਾ ਉਹ ਬਿਨਾਂ ਤਾਲਾ ਲਗਾਏ ਹੀ ਘਰ ਤੋਂ ਬਾਹਰ ਚਲੇ ਜਾਂਦੇ ਸੀ ਕਿਉਂਕਿ ਨਾ ਚੋਰੀ ਹੁੰਦੀ ਸੀ ਕਿ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਸੀ ਇਸ ਕਰਕੇ ਗੁਪਤ ਸਮਰਾਜ ਨੂੰ ਉਹ ਸਮੇਂ ਦਾ ਸਭ ਤੋਂ ਵਧੀਆ ਸਮਾਂ ਜਿਹੜਾ ਮੰਨਿਆ ਜਾਂਦਾ ਹੈ ਸੋ ਇਹ ਚੀਨੀ ਯਾਤਰੀ ਫਾਹਿਜ਼ਾਨ ਦੇ ਦੁਬਾਰਾ ਜਿਹੜਾ ਦੱਸਿਆ ਗਿਆ ਸੀਗਾ ਸੁਕਾਰ ਜਿਹੜੇ ਬਹੁਤ ਘਟਾ ਲਗਾਏ ਜਾਂਦੇ ਸੀ ਜਿਸ ਕਰਕੇ ਲੋਕਾਂ ਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਸੀ ਕਿ ਕਰਦੀ ਔਰ ਲੋਕ ਜਿਹੜੇ ਆ ਮਾਸ ਬਹੁਤ ਘਟੇੜਾ ਖਾਂਦੇ ਸੀਗੇ ਨਹੀਂ ਖਾਂਦੇ ਸੀਗੇ ਔਰ ਜਾਤ ਪ੍ਰਥਾ ਇਸ ਸਮੇਂ ਦੇ ਵਿੱਚ ਕਠੋਰ ਰੂਪ ਧਾਰਨ ਕਰ ਚੁੱਕੀ ਸੀਗੀ ਔਰ ਜਾਤ ਜਿਹੜੀ ਸੀਗੀ ਕੋਈ ਵਿਅਕਤੀ ਬੜੀ ਆਸਾਨੀ ਦੇ ਨਾਲ ਇਸ ਨੂੰ ਨਹੀਂ ਬਦਲ ਸਕਦਾ ਸੀਗਾ ਜੋ ਵੀ ਜਾਤੀ ਦੇ ਵਿੱਚ ਉਹ ਪੈਦਾ ਹੋਇਆ ਸੀ ਤਕਰੀਬਨ ਉਹੀ ਜਾਤੀ ਉਸ ਨੂੰ ਅਡਾਪਟ ਕਰਨੀ ਪੈਂਦੀ ਸੀ ਇਸ ਤੋਂ ਅਬ ਆਪਣੀ ਉਹ ਜਾਤੀ ਜਿਹੜੀ ਆ ਉਹ ਚੇਂਜ ਨਹੀਂ ਕਰ ਸਕਦਾ ਹੁੰਦਾ ਸੀਗਾ ਸੋ ਇਸ ਦੇ ਆਧਾਰ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਗੁਪਤ ਸਮਰਾਜ ਦਾ ਸਮਾਜ ਸੀ ਬੜਾ ਅੱਛਾ ਇਹ ਟੈਵਰ ਪਰ ਜਿਹੜਾ ਸੀ ਬਸ ਘਟੋਰ ਜਾਂਦੀ ਨੂੰ ਲੈ ਕੇ ਥੋੜਾ ਜਿਹਾ ਇਧਰ ਉਧਰ ਸੀ ਹਨ ਇਸ ਤੋਂ ਲਾਵਾ ਇਕਨੋਮਿਕ ਲਾਈਫ ਆ ਜਾਂਦੀ ਹੈ ਸੋ ਉਹਨਾਂ ਦੀ ਇਕਨੋਮਿਕ ਲਾਈਫ ਕੀ ਸੀ ਜਿਸ ਦੇ ਆਧਾਰ ਤੇ ਉੱਪਰ ਉਹਨਾਂ ਦਾ ਜਿਹੜਾ ਸਾਰਾ ਕੁਝ ਚੱਲਦਾ ਸੀ ਸੋ ਇਸ ਸਮੇਂ ਦੇ ਲਈ ਲੋਕਾਂ ਸਰਕਾਰ ਦਾ ਜਿਹੜਾ ਮੁੱਖ ਰਿਸੋਰਸ ਇਨਕਮ ਦਾ ਸੋ ਹੋ ਟੈਕਸ ਸੀਗੇ ਬਟ ਇਹ ਟੈਕਸ ਸੀ ਕਿਹੜੇ ਲੋਕਾਂ ਨੂੰ ਖੁਸ਼ਹਾਲ ਕਰਨ ਦੇ ਲਈ ਬਹੁਤ ਘੱਟ ਲਗਾਏ ਜਾਂਦੇ ਸੀ ਤਾਂ ਕਿ ਲੋਕਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਬੋਧਨ ਨਾ ਪਵੇ ਔਰ ਜਿੰਨੀਆਂ ਵੀ ਆਮ ਜੋੜਾਂ ਦੀ ਕਹਿ ਸਕਦੇ ਹੈਗੀਆਂ ਚੀਜ਼ਾਂ ਹੁੰਦੀਆਂ ਸੀ ਵਸਤੂਆਂ ਹੁੰਦੀਆਂ ਸੀ ਉਹਨਾਂ ਨੂੰ ਬਹੁਤ ਸਾਤਿਅ ਦੇ ਰੂਪ ਦੇ ਵਿੱਚ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਅਵੇਲੇਬਲ ਕੀਤਾ ਜਾਂਦਾ ਤਾਂ ਕਿ ਹਰ ਇੱਕ ਵਿਅਕਤੀ ਉਸ ਨੂੰ ਆਸਾਨੀ ਦੇ ਨਾਲ ਲੈ ਸਕੇ ਅਗਰ ਲੈ ਪਾਵੇਗਾ ਤਾਂ ਕਿਸੇ ਤਰ੍ਹਾਂ ਦਾ ਅਪਰਾਧ ਚੋਰੀ ਜਿਹੜੀ ਉਹ ਨਹੀਂ ਹੋਵੇਗੀ ਹੈ ਨਾ ਸੋ ਇਹੀ ਇੱਕ ਪ੍ਰਮੁੱਖ ਕਾਰਨ ਸੀਗਾ ਇਹਨਾਂ ਨੂੰ ਖਰੀਦਣ ਦੇ ਲਈ ਤਕਰੀਬਨ ਕੋਡੀਆਂ ਜਾਂ ਤਾਂਬੇ ਦੇ ਸਿੱਕਿਆਂ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੁੰਦਾ ਸੀਗਾ ਔਰ ਇਸ ਤੋਂ ਇਲਾਵਾ ਉਸ ਸਮੇਂ ਦੇ ਵਿੱਚ ਪ੍ਰਸਿੱਧ ਜਿਹੜੇ ਤਾਂਬੇ ਦੇ ਸਿੱਕੇ ਜਿਹੜੇ ਚੱਲਦੇ ਹੁੰਦੇ ਸੀ ਔਰ ਇਸ ਤੋਂ ਬਾਅਦ ਕਹਿ ਸਕਦੇ ਆ ਸਭ ਤੋਂ ਜ਼ਿਆਦਾ ਉਹ ਸਮੇਂ ਦੇ ਵਿੱਚ ਸੋਨੇ ਦੇ ਸਿੱਕੇ ਬਣੇ ਹੋਏ ਸੀਗੇ ਜਿਨ੍ਹਾਂ ਨੂੰ ਉਸ ਸਮੇਂ ਦੇ ਵਿੱਚ ਦਿਨਾਰ ਕਿਹਾ ਜਾਂਦਾ ਸੀਗਾ ਠੀਕ ਹੈ ਸੋ ਇਹ ਵੀ ਬੜਾ ਇੰਪੋਰਟੈਂਟ ਹੈ ਕਿ ਗੁਪਤ ਸਮਰਾਜ ਦੇ ਵਿੱਚ ਜਿਹੜੇ ਸੋਨੇ ਦੇ ਸਿੱਕੇ ਹੁੰਦੇ ਸੀ ਉਹਨਾਂ ਨੂੰ ਦਿਨਾਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਸੀਗਾ ਸੋ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਰਾਜਿਆਂ ਦੀਆਂ ਜਿਹੜੀਆਂ ਪਿਕਚਰਜ਼ ਉੱਤੇ ਬਣਾਈਆਂ ਹੋਈਆਂ ਸੀ ਸੋ ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਜਿਵੇਂ ਕਿ ਮਿਆਂਮਾਰ ਹੋ ਗਿਆ ਹਾਈਲੈਂਡ ਹੋ ਗਿਆ ਮਲੇਸ਼ੀਆ ਹੋ ਗਿਆ ਵੀਟਨਾਮ ਹੋ ਗਿਆ ਇੰਡੋਨੇਸ਼ੀਆ ਹੋ ਗਿਆ ਇਹਨਾਂ ਦੇ ਨਾਲ ਇਸ ਸਭਤਾ ਤੇ ਜਿਹੜੇ ਵਪਾਰਕ ਤੇ ਸਾਂਸਕ੍ਰਿਤਕ ਦੋਨੋਂ ਤਰ੍ਹਾਂ ਦੇ ਜਿਹੜੇ ਸਬੰਧ ਉਹ ਸਥਾਪਿਤ ਰਹੇ ਨੇ ਜਿਹਦੇ ਆਧਾਰ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਸਾਰੇ ਜਿਹੜੇ ਦੇਸ਼ਾਂ ਦੇ ਨਾਲ ਵਪਾਰ ਵੀ ਉਸ ਸਮੇਂ ਹੀ ਕਰਦੇ ਹੁੰਦੇ ਸੀ ਔਰ ਉਹਨਾਂ ਦੀ ਇੱਕ ਦੂਸਰੀ ਦੀ ਸਾਂਸਕ੍ਰਿਤੀ ਦਾ ਪ੍ਰਭਾਵ ਵੀ ਇਹਨਾਂ ਦੇ ਉੱਪਰ ਪੈਂਦਾ ਸੀ ਇਸ ਤੋਂ ਇਲਾਵਾ ਚੀਨ ਮੱਧ ਏਸ਼ੀਆ ਯੂਰਪ ਦੇ ਦੇਸ਼ਾਂ ਦੇ ਨਾਲ ਵੀ ਇਹਨਾਂ ਦੇ ਜਿਹੜੇ ਵਪਾਰਕ ਸਬੰਧ ਰਹੇ ਸੀਗੇ ਇਹਨਾਂ ਨਾਲ ਇਹ ਜਿਹੜਾ ਕਹਿ ਸਕਦੇ ਹਾਂਗਾ ਆਜਾਤ ਜਾਂ ਨਿਆਰ ਦਾ ਪ੍ਰੋਜੈਕਟ ਉਹ ਕਰਦੇ ਰਹਿੰਦੇ ਸੀਗੇ ਲੋਕਾਂ ਦੀ ਮੁੱਖ ਜਿਹੜਾ ਕਹਿ ਸਕਦੇ ਆ ਉਪਜ ਦਾ ਸੋਰਸ ਸੀਗਾ ਇਨਕਮ ਦਾ ਜਿਹੜਾ ਉਹ ਖੇਤੀਬਾੜੀ ਸੀ ਕਿਉਂਕਿ ਮੁੱਖ ਕੀਤਾ ਜਿਹੜਾ ਇਸ ਸਮੇਂ ਦੇ ਵਿੱਚ ਖੇਤੀਬਾੜੀ ਹੀ ਸੀਗਾ ਇਸ ਤੋਂ ਇਲਾਵਾ ਲੋਕ ਪਸ਼ੂ ਪਾਲਣ ਵੀ ਕਰਦੇ ਸੀ ਉਦਯੋਗਕ ਧੰਦੇ ਵੀ ਇਸ ਸਮੇਂ ਦੇ ਵਿੱਚ ਵਿਕਸਤ ਸੀਗੇ ਅਤੇ ਵਪਾਰ ਲਈ ਵੀ ਜਿਹੜੇ ਲੋਕ ਇੱਥੇ ਕਹਿ ਸਕਦੇ ਆ ਮਸ਼ਹੂਰ ਮੰਨੇ ਜਾਂਦੇ ਸੀਗੇ ਸੋ ਇਥੇ ਸੇਠਾਂ ਜਿਨ੍ਹਾਂ ਨੂੰ ਬੈਂਕਰ ਕਿਹਾ ਜਾਂਦਾ ਸੀਗਾ ਵਪਾਰੀਆਂ ਅਤੇ ਉਤਪਾਦਕਾਂ ਨੇ ਆਪਣੇ ਆਪਣੀਆਂ ਜਿਹੜੇ ਸੰਗਠਨ ਬਣਾਏ ਹੋਏ ਸੀਗੇ ਜਿਨ੍ਹਾਂ ਨੂੰ ਉਸ ਸਮੇਂ ਦੇ ਵਿੱਚ ਸ਼੍ਰੇਣੀ ਜਾਂ ਨਿਗਮ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸੋ ਇਹ ਆਪਣੇ ਆਪਣੇ ਵਪਾਰ ਦੇ ਅਕੋਰਡਿੰਗ ਆਪਣੇ ਬਿਜ਼ਨਸ ਦੇ ਅਕੋਰਡਿੰਗ ਜਿਹੜਾ ਇਹਨਾਂ ਨੂੰ ਕੰਟਰੋਲ ਕਰਦੇ ਸੀਗੇ ਅਤੇ ਇਹਨਾਂ ਨੂੰ ਆਪਣੇ ਅਕੋਰਡਿੰਗ ਜਿਹੜਾ ਚਲਾਉਂਦੇ ਹੁੰਦੇ ਸੀਗੇ ਸੋ ਇਹ ਵੀ ਇਹਨਾਂ ਦੇ ਵਿੱਚ ਇੱਕ ਪ੍ਰਮੁੱਖ ਉਸ ਸਮੇਂ ਬਣਿਆ ਗਿਆ ਸੀਗਾ ਸੋ ਕਲਾ ਅਤੇ ਸਾਇਤ ਕਲਾ ਅਤੇ ਸਾਇਤ ਨੂੰ ਲੈ ਕੇ ਕਾਫੀ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ ਕਿਉਂਕਿ ਸਾਰੇ ਹੀ ਰਾਜੇ ਤਕਰੀਬਨ ਕਲਾ ਤੇ ਸਾਹਿਤ ਨੂੰ ਬਹੁਤ ਪਿਆਰ ਕਰਦੇ ਸੀਗੇ ਸੋਚੰਦਰ ਗੁਪਤ ਦੂਜੇ ਨੇ ਹਨ ਕਾਫੀ ਸਾਰੀਆਂ ਜਿਹੜੀਆਂ ਇਮਾਰਤਾਂ ਵਗੈਰਾ ਬਣਾਈਆਂ ਸੀ ਔਰ ਜਿਹੜੀਆਂ ਮੂਰਤੀਆਂ ਵੀ ਬਣਾਈਆਂ ਸੀਗੇ ਸੋ ਗੁਪਤ ਕਾਲ ਦੇ ਵਿੱਚ ਕਹਿ ਸਕਦੇ ਹਾਂ ਉੱਚ ਦਰਜੇ ਦਾ ਸਾਹਿਤ ਤੇ ਕਲਾ ਦੀ ਰਚਨਾ ਉਹ ਦੇਖਣ ਨੂੰ ਮਿਲਦੀ ਹੈ ਕਿਉਂਕਿ ਸਾਰੇ ਦੇ ਸਾਰੇ ਜਿਹੜੇ ਰਾਜੇ ਸੀ ਤਕਰੀਬਨ ਸਾਹਿਤ ਦੇ ਮੀ ਸੀਗੇ ਔਰ ਕਲਾਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਹਨੈਕਟਿਵ ਸੀਗੇ ਔਰ ਸਾਂਸਕ੍ਰਿਤ ਦੇ ਪ੍ਰਸਿੱਧ ਕਵੀ ਕਾਲੀਦਾਸ ਜਿਹੜੇ ਸੀਗੇ ਉਹ ਵੀ ਇਸ ਸਮੇਂ ਦੇ ਕਵੀ ਸੀਗੇ ਔਰ ਉਹਨਾਂ ਨੇ ਬਹੁਤ ਸਾਰੇ ਇਸ ਸਮੇਂ ਦੇ ਵਿੱਚ ਨਾਟਕ ਤੇ ਕਵਿਤਾਵਾਂ ਲਿਖਿਆ ਸੀ ਇਹ ਸਾਂਸਕ੍ਰਿਤ ਦੇ ਕਵੀ ਸੀ ਬੜੇ ਇੰਪੋਰਟੈਂਟ ਨੇ ਸੋ ਗੁਪਤ ਕਾਲ ਦੇ ਦੌਰਾਨ ਇਹਨਾਂ ਨੂੰ ਪਾਇਆ ਗਿਆ ਸੀਗਾ ਕਾਲੀਦਾਸ ਸੀਗਾ ਜੋ ਕਿ ਸੰਸਕ੍ਰਿਤ ਦਾ ਉਸ ਸਮੇਂ ਦਾ ਪ੍ਰਸਿੱਧ ਕਵੀ ਸੀਗਾ ਸੋ ਇਹਨਾਂ ਦੇ ਦੁਆਰਾ ਰਚਨਾਵਾਂ ਲਿਖੀਆਂ ਗਈਆਂ ਸੀ ਨਾਟਕ ਸੁਕੰਤਲਾ ਅਤੇ ਕਾਵੀ ਮੇਘਦੂਤ ਇਹ ਬਹੁਤ ਮਸ਼ਹੂਰ ਰਹੇ ਨੇ ਇਹ ਵੀ ਇੰਪੋਰਟੈਂਟ ਨੇ ਸੋ ਕਾਲੀਦਾਸ ਦੇ ਦੁਆਰਾ ਦੋ ਪ੍ਰਮੁੱਖ ਪੁਸਤਕਾਂ ਜਨੀਆਂ ਲ ਸ਼ਿਨਦੀ ਦੇ ਮੁੱਖ ਰਚਨਾਵਾਂ ਸੀ ਇਸ ਤੋਂ ਇਲਾਵਾ ਅਮਰ ਸਿੰਘ ਸੂਦਰਕ ਤੇ ਦਾੰਡਣ ਜਿਹੜੇ ਸੀਗੇ ਇਸ ਤੋਂ ਇਲਾਵਾ ਹੋਰ ਪ੍ਰਸਿੱਧ ਜਿਹੜੇ ਆ ਉਸ ਸਮੇਂ ਦੇ ਵਿਦਵਾਨ ਸੀਗੇ ਜੋ ਕਿ ਇਨ੍ਹਾਂ ਹੀ ਰਾਜਿਆਂ ਦੇ ਦਰਬਾਰਾਂ ਦੇ ਵਿੱਚ ਰਹਿੰਦੇ ਸੀਗੇ ਠੀਕ ਹੈ ਔਰ ਮਥਰਾ ਇਸ ਕਾਲ ਦੇ ਵਿੱਚ ਕਲਾ ਦੇ ਇੱਕ ਬਹੁਤ ਪ੍ਰਸਿੱਧ ਕੇਂਦਰ ਮੰਨਿਆ ਜਾਂਦਾ ਸੀ ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਜਿਹੜੀਆਂ ਕਿ ਉਸ ਸਮੇਂ ਦੇ ਵਿੱਚ ਵਿਕਸਿਤ ਹੋਈਆਂ ਸੀ ਇੱਥੇ ਬੁੱਧ ਜੈਨ ਹਿੰਦੂ ਦੇ ਵਿਦਿਪਤੀਆਂ ਦੀਆਂ ਬਹੁਤ ਸਾਰੀਆਂ ਸੁੰਦਰ ਮੂਤੀਆਂ ਬਣਾਈਆਂ ਗਈਆਂ ਸੀ ਇਸੇ ਕਰਕੇ ਇਹ ਮਥਰਾ ਨੂੰ ਜਿਹੜਾ ਇੱਕ ਪ੍ਰਸਿੱਧ ਕੇਂਦਰ ਬਣਿਆ ਗਿਆ ਹੈ ਕਲਾ ਦੇ ਪੱਖੋਂ ਗੁਪਤ ਸਮਰਾਜ ਦਾ ਬਰਨਸੀ ਦੇ ਕੋਲ ਸਾਰਨਥ ਵਿਖੇ ਵੀ ਜਿਹੜੀਆਂ ਬਹੁਤ ਸਾਰੀਆਂ ਇਹਨਾਂ ਨੇ ਖੂਬਸੂਰਤ ਮੂਤੀਆਂ ਬਣਾਈਆਂ ਸੀ ਜਿਨ੍ਹਾਂ ਦੇ ਆਧਾਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਕੁਝ ਹਨ ਦਿਖਣ ਨੂੰ ਮਿਲਿਆ ਸੀ ਔਰ ਉਦੈਗਰੀ ਜਿਹੜਾ ਕਿ ਮੱਧ ਪ੍ਰਦੇਸ਼ ਦੇ ਵਿੱਚ ਹੈ ਸੋ ਇੱਥੇ ਵਿਸ਼ਨੂੰ ਦੀ ਜਿਹੜੀ ਮੂਰਤੀ ਉਹ ਬਣਾਈ ਗਈ ਸੀ ਸੋ ਇਹ ਵੀ ਗੁਪਤ ਕਾਲ ਦੇ ਦੌਰਾਨ ਹੀ ਬਣਾਈ ਗਈ ਸੀ ਸੋ ਇਹ ਵੀ ਕਹਿ ਸਕਦੇ ਹਾਂ ਕਲਾ ਦਾ ਬਹੁਤ ਮਹੱਤਵਪੂਰਨ ਨਮੂਨਾ ਇੱਥੇ ਦਿਖਣ ਨੂੰ ਮਿਲਦਾ ਹੈ ਸੋ Madhya Pradesh ਤੇ Deobgad ਤੇ Kanpur ਦੇ ਨੇੜੇ ਪੀਤਰੀ ਪਿੰਡ ਦੇ ਵਿੱਚ ਵੀ ਮੰਦਿਰ ਜਿਹੜੇ ਉਹ ਮਿਲੇ ਸੀਗੇ ਸੋ ਇਹ ਵੀ ਜਿਹੜੇ ਗੁਪਤ ਸਮਰਾਜ ਦੇ ਨਾਲ ਸੰਬੰਧਿਤ ਸੀਗੇ ਸੋ Madhya Pradesh ਦੇ ਵਿੱਚ ਇੱਕ ਖਾਜੋ ਰਾਹੋ ਦਾ ਮੰਦਿਰ ਹੈ ਜੋ ਕਿ Madhya Pradesh ਦੇ ਵਿੱਚ ਪੈਂਦਾ ਹੈ ਸੋ ਇਹ ਵੀ ਗੁਪਤ ਕਾਲ ਦੇ ਦੌਰਾਨ ਬਣਾਇਆ ਗਿਆ ਮੰਦਿਰ ਹੈਗਾ Maharashtra ਦੇ ਵਿੱਚ Aurangabad ਦੇ ਨੇੜੇ Ajanta ਦੀਆਂ ਗੁਫਾਵਾਂ ਸੁੰਦਰ ਪੀਤੀ ਚਿੱਤਰਾਂ ਲਈ ਮਸ਼ਹੂਰ ਨੇ ਸੋ ਇਹ ਜਿਹੜੀਆਂ ਗੁਫਾਵਾਂ ਨੇ ਸੋ ਇਹ ਵੀ ਗੁਪਤ ਕਾਲ ਦੇ ਦੌਰਾਨ ਹੀ ਬਣਾਈਆਂ ਗਈਆਂ ਸੀ ਸੋ ਇਹਨਾਂ ਇਹਨਾਂ ਗੁਫਾਵਾਂ ਦੇ ਵਿੱਚੋਂ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਸੋ ਬੋਧੂ ਬੋਧ ਧਰਮ ਦੇ ਨਾਲ ਚ ਬੋਧ ਧਰਮ ਦੇ ਨਾਲ ਸੰਬੰਧ ਕਿਉਂਕਿ ਇਹ ਜਿਹੜੀਆਂ ਬਣਾਈਆਂ ਗਈਆਂ ਸੀ ਬੋਧ ਪਿਕਸ਼ੂਆਂ ਦੇ ਰਹਿਣ ਦੇ ਲਈ ਅਤੇ ਉਹਨਾਂ ਦੀ ਪੂਜਾ ਕਰਨ ਦੇ ਲਈ ਜਿਹੜਾ ਬਣਾਇਆ ਗਿਆ ਸੀਗਾ ਸੋ ਇਸ ਆਧਾਰ ਦੇ ਉੱਪਰ ਸਾਨੂੰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਇਸ ਦੇ ਵਿੱਚੋਂ ਮਿਲਦੀ ਹੈਗੀਆ ਔਰ ਗੁਪਤ ਕਾਲ ਦੇ ਵਿੱਚ ਸਾਂਚੀ ਦਾ ਸਤੂਪ ਹੈ ਜਿਹੜਾ ਉਸ ਦਾ ਪੁਨਰ ਨਿਰਮਾਣ ਇਸ ਸਮੇਂ ਦੇ ਵਿੱਚ ਕੀਤਾ ਗਿਆ ਸੀਗਾ ਸੋ ਗੁਪਤ ਸਮਰਾਜ ਦੇ ਦੁਆਰਾ ਰਾਜਾਂ ਦੇ ਦੁਆਰਾ ਵਿਗਿਆਨ ਅਤੇ ਟੈਕਨੋਲੋਜੀ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਸਮੇਂ ਦੇ ਵਿੱਚ ਬਹੁਤ ਸਾਰੀ ਜਿਹੜੇ ਵਿਕਸਤ ਕੋਈ ਸੀਗੀ ਟੈਕਨੋਲੋਜੀ ਕਿਉਂਕਿ ਇਸਦੀਆਂ ਕਾਫੀ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਦੇਖਣ ਨੂੰ ਮਿਲਦੀਆਂ ਹੈਗੀਆਂ ਲਿਗੀਆਂ ਸੋ ਪ੍ਰਮੁੱਖ ਤੌਰ ਦੇ ਉੱਪਰ ਅਸੀਂ ਗੱਲ ਕਰੀ ਗਏ ਕਿ ਇਸ ਸਮੇਂ ਦੇ ਵਿੱਚ ਗੁਪਤ ਸਮਰਾਜ ਦੇ ਦੌਰਾਨ ਵਿਗਿਆਨੀ ਆਰੀਆ ਭਟ ਦਾ ਜਿਹੜਾ ਜਨਮ ਹੋਇਆ ਸੀਗਾ ਔਰ ਇਸੇ ਸਮੇਂ ਦੇ ਵਿੱਚ ਉਹ ਸੀਗੇ ਜਿਨ੍ਹਾਂ ਨੇ ਆਪਣੀ ਪੁਸਤਕ ਆਰੀਆ ਭਟੰਮ ਦੀ ਰਚਨਾ ਕੀਤੀ ਸੋ ਇਹ ਪੁਸਤਕ ਵੀ ਬੜੀ ਇੰਪੋਰਟੈਂਟ ਹੈਗੀ ਹੈ ਕਿ ਸ੍ਰਿੰਨ ਨੇ ਇੱਕ ਕਹਿ ਸਕਦੇ ਹਾਂ ਵੈਗੈਨੀ ਦੇ ਰੂਪ ਦੇ ਵਿੱਚ ਬੜੇ ਇੰਪੋਰਟੈਂਟ ਤੱਤ ਜਿਹੜੇ ਪੇਸ਼ ਕੀਤੇ ਸੀਗੇ ਜਿਵੇਂ ਕਿ ਪ੍ਰਿਥਵੀ ਹੈ ਜਿਹੜੀ ਉਹ ਸੂਰਜ ਦੇ ਦੁਆਲੇ ਚੱਕਰ ਕੱਢਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਭਾਰਤੀ ਨੇ ਨਹੀਂ ਦੱਸਿਆ ਸੀਗਾ ਕਿ ਪ੍ਰਿਥਵੀ ਜਿਹੜੀ ਹੈ ਸੂਰਜ ਦੇ ਦੁਆਲੇ ਘੁੰਮਦੀ ਹੈ ਜਾਂ ਕੀ ਸਿਸਟਮ ਹੈ ਸੋ ਇਹ ਪਹਿਲਾ ਵਿਅਕਤੀ ਸੀ ਜਿਸ ਨੇ ਇਹ ਸੂਰਜ ਦੇ ਬਾਰੇ ਦੱਸਿਆ ਸੀ ਕਿ ਸੂਰਜ ਤੇ ਰਹੇਗਾ ਤੇ ਪ੍ਰਿਥਵੀ ਜਿਹੜੀ ਹੈ ਇਸ ਦੇ ਆਲੇ ਦੁਆਲੇ ਚੱਕਰ ਲਗਾਉਂਦੀ ਹੈ ਔਰ ਇਸ ਤੋਂ ਇਲਾਵਾ ਇਸ ਨੇ ਆਪਣੀ ਪੁਸਤਕ ਦੇ ਵਿੱਚ ਸੂਰਜ ਤੇ ਚੰ드ਮਾ ਦੇ ਜਿਹੜੇ ਗ੍ਰਹਿਣ ਲੱਗਦੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਸੂਰ ਗ੍ਰਹਿਣ ਹੋ ਲੱਗਦਾ ਹੈ ਔਰ ਇਸ ਤੋਂ ਇਲਾਵਾ ਮੈਥ ਦੇ ਵਿੱਚ ਉਹਨਾਂ ਨੇ ਦਸ਼ਮਲਵ ਜਿਹੜਾ ਪੁਆਇੰਟ ਸੀ ਉਸ ਦੀ ਖੋਜ ਕੀਤੀ ਸੀਗੀ ਸੋ ਇਹ ਵੀ ਆ ਰਹੀ ਹੈ ਪਾਟਮ ਦੀ ਜਿਹੜੀ ਖੋਜ ਸੀਗੀ ਇਸ ਕਾਲ ਦੇ ਵਿੱਚ ਗਣਿਤ ਖਗੋਲ ਸ਼ਾਸਤਰ ਵਿਗਿਆਨ ਤੇ ਹੋਰ ਇਸ ਤੋਂ ਇਲਾਵਾ ਜਿਹੜੀਆਂ ਪੁਸਤਕਾਂ ਉਹ ਵੀ ਵਿਕਸਿਤ ਹੋਈਆਂ ਸੀ ਉਹਨਾਂ ਦੀਆਂ ਵੀ ਜਿਹੜੀਆਂ ਰਚਨਾਵਾਂ ਹੋਈਆਂ ਸੀਗੀਆਂ ਸੋ ਮਹਿਰੋਲੀ ਵੀਖੇ ਜਿਹੜਾ ਦਿੱਲੀ ਦੇ ਵਿੱਚ ਕੁਤਬ ਮিনার ਦੇ ਨੇੜੇ ਲੱਗਿਆ ਹੋਇਆ ਹੈਗਾਗਾ ਲੋਹੇ ਦਾ ਵਿਸ਼ਾਲ ਸਤੰਮ ਉਹ ਵੀ ਇਸੇ ਕਾਲ ਦੇ ਦੌਰਾਨ ਬਣਾਇਆ ਗਿਆ ਸੀ ਇਸ ਸਤੰਮ ਦੇ ਵਿੱਚ ਕਹਿ ਸਕਦੇ ਹਾਂ ਕਿ ਬੜੀ ਟੈਕਨੋਲੋਜੀ ਦਿਖਾਈ ਗਈ ਹੈ ਇਕ ਜਿਹਸ ਨੰਬਰ ਹੈ ਜਿਸ ਨੂੰ ਹਲੇ ਤੱਕ ਜਿਹੜੀ ਉਹ ਜਰ ਨਹੀਂ ਲੱਗੀ ਹੈਗੀ ਹੈ ਨਾ ਸੋ ਇਸ స్తੰਬ ਜਿਹੜਾ 23 ਫੁੱਟ ਉੱਚਾ ਸੀਗਾ ਅਤੇ 7.5 ਟਨ ਵਜਨ ਦਾ ਇਹ ਸੀਗਾ। ਔਰ ਲੋਹੇ ਦੇ ਬਣੇ స్తੰਬ ਦੇ ਉੱਤੇ ਤਕਰੀਬਨ 16 ਸਾਲ ਦੇ ਬਾਅਦ ਵੀ ਹਲੇ ਤੱਕ ਕੋਈ ਜੰਗ ਦਾ ਨਿਸ਼ਾਨ ਨਹੀਂ ਹੈ। ਸੋ ਇਹ ਸਾਨੂੰ ਦੱਸ ਸਕਦੇ ਆ ਇਸ ਤਰੀਕੇ ਤੋਂ ਸਾਨੂੰ ਬਦਲ ਲੱਗਦਾ ਕਿ ਉਸ ਸਮੇਂ ਦਾ ਵਿਗਿਆਨ ਜਾਂ ਟੈਕਨੀਕ ਜਿਹੜੀ ਆ ਉਹ ਕਿੰਨੀ ਉੱਨਤ ਹੋ ਚੁੱਕੀ ਸੀ ਜਿਹਦੇ ਆਧਾਰ ਦੇ ਉੱਪਰ ਕਹਿ ਸਕਦੇ ਆ ਕਿ ਉਹਨਾਂ ਨੇ ਨਾ ਵਧੀਆ ਸਿਸਟਮ ਜਿਹੜਾ ਉਹ ਬਣਾ ਕੇ ਰੱਖਿਆ ਹੈ ਨਾ। ਔਰ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਸੁਲਤਾਨਗੰਜ ਤੋਂ ਮਹਾਤਮਾ ਬੁੱਧ ਦੀ ਇੱਕ ਕਾਂਸੀ ਦੀ ਮੂਰਤੀ ਬਣੀ ਸੀ ਇਹ ਵੀ ਬੜੀ ਇੰਪੋਰਟੈਂਟ ਸੀਗੀ ਬਟ ਇਹ ਅੱਜ ਕੱਲ ਜਿਹੜੀ ਹੈਗੀ ਹੈਗੀ ਹਨ ਕਹਿ ਸਕਦੇ ਹਾਂ ਕਿ ਇੰਗਲੈਂਡ ਦਾ ਬ੍ਰਿਗਮ ਅਜ਼ਾਇਬਖਾਨ ਹੈ ਉੱਥੇ ਰੱਖੀ ਗਈ ਹੈਗੀ ਇਹ ਜਿਹੜੀ ਮੂਰਤੀ ਸੀਗੀ ਤਕਰੀਬਨ 7.5 ਫੁੱਟ ਉੱਚੀ ਮੂਰਤੀ ਸੀਗੀ ਕਿਉਂਕਿ ਬੁੱਧ ਦੀ ਬਣੀ ਹੋਈ ਸੀਗੀ ਕਾਂਸੀ ਦੀ ਬਣੀ ਹੋਈ ਮੂਰਤੀ ਸੀਗੀ ਬੁੱਧ ਦੀ ਮਹਾਤਮਾ ਬੁੱਧ ਦੀ ਔਰ ਇਸੇ ਕਾਰਨ ਕਰਕੇ ਹੀ ਇਸ ਨੂੰ ਭਾਰ ਦਾ ਜਿਹੜਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਹੈ ਜਿਹਨੇ ਵਿਗਿਆਨ ਨੂੰ ਲੈ ਕੇ ਠੀਕ ਹੈ ਸਾਇਤ ਨੂੰ ਲੈ ਕੇ ਔਰ ਇਸ ਤੋਂ ਇਲਾਵਾ ਟੈਕਨੋਲੋਜੀ ਨੂੰ ਲੈ ਕੇ ਔਰ ਬਹੁਤ ਸਾਰੀ ਕਲਾ ਆਰਟ ਜਿਹੜੀ ਹੈ ਉਹ ਇਸ ਸਮੇਂ ਦੇ ਵਿੱਚ ਮਿਲਦੇ ਹੈਗੇ ਦੇਖਣ ਨੂੰ ਸੋ ਇਹ ਸਾਰਿਆਂ ਦੇ ਆਧਾਰ ਦੇ ਉੱਪਰ ਹੈ ਔਰ ਇਸ ਤੋਂ ਇਲਾਵਾ ਜਿਹੜਾ ਸਮندر ਗੁਪਤ ਸੀਗਾ ਉਸਨੇ ਇੱਕ ਅਸ਼ਮੇਗ ਜਿਹੜਾ ਜੱਗ ਕੀਤਾ ਸੀ ਸੋ ਇਸ ਦੇ ਵਿੱਚ ਉਹ ਡਿਸਕਸ ਨਹੀਂ ਹੈ ਸੋ ਅਗਲੀਆਂ ਵਾਸਟ ਬਾਡਿੰਗ ਥਿਉਰੀ ਆਉਣੀ ਹੈ ਉਹਦੇ ਵਿੱਚ ਤੁਹਾਨੂੰ ਉਹ ਮਿਲ ਜਾਊਗਾ ਸੋ ਛੇਵੇਂ ਦੇ ਅਕੋਰਡਿੰਗ ਜਿਦਾਪਨ ਇਹ ਸਬਦੇ ਲਈ ਇਹ ਸੈਸ਼ਨ ਹੈਲਪਫੁਲ ਰਹੂਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਉਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਹੁੰਦੇ ਨੇ ਉਹ ਕੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਸੋ ਮੱਚ